ਆਮ ਤੁਸੀਂ ਸੁਣਿਆ ਹੋਊਗਾ ਚਮਕੀਲੇ ਨੇ ਇੱਕ ਵਾਰ ਤਾਂ ਜਿਲ੍ਹੇ ਲੁਧਿਆਣੇ ਦੇ ਗਾਇਕ ਵੇਲੇ ਕਰਤੇ ਸੀ ਇਹ ਹੱਥ ਕਥਰੀ ਆ ਕੋਈ ਵੇਲੇ ਕਰਨ ਵਾਲੀ ਗੱਲ ਨਹੀਂ ਸੀਗੀ ਮੇਰਾ ਵਾ ਵਾਸਤਾ ਚਮਕੀਲੇ ਨਾਲ ਵੀ ਬਹੁਤ ਰਹਾ ਬਹੁਤ ਨੇ ਇੜਤਾ ਉਹ ਇਸ ਕਰਕੇ ਕਿ ਚਮਕੀਲੇ ਨੇ ਜਦੋਂ ਦੁਗਰੀ ਤੋਂ सुरेंद्र ਛੰਦੇ ਦੇ ਦਫ਼ਤਰ ਨੂੰ ਆ ਕੇ ਝਾੜਪੁੰਝ ਕਰਨੀ ਹੁੰਦੀ ਸੀ ਦਫ਼ਤਰ ਕਿਉਂਕਿ ਛੰਦੇ ਦਾ ਉਹ ਮੈਨੂੰ ਯਾਦ ਆ ਉਹ ਤੋਂ ਚਮਕੀਲਾ ਨਾ ਜਿਹੜਾ ਐਦਾਂ ਨਹੀਂ ਸੀ ਵਿਜਾਉਦਾ ਹੁੰਦਾ ਉਹ ਸਿੱਧੀਆਂ ਬਾਹਾ ਕਰਕੇ ਇਸ ਤਰ੍ਹਾਂ ਕਰਕੇ ਉਹਨੇ ਤੂਵੀ ਪੀਸ ਵੀ ਜਾ ਦੇਣਾ ਤੂਵੀ ਪੀਸ ਵੀ ਜਾ ਕੇ ਪਾਸੇ ਹੁਣਾ ਛਿੰਦੇ ਨੇ ਅੰਤਰਾ ਬੋਲ ਦੇਣਾ ਉਹਨੇ ਫੇਰ ਪੀਸ ਤੇ ਜਾ ਦੇਣਾ ਉਹਨੇ ਫੇਰ ਅੰਤਰਾ ਬੋਲ ਦੇਣਾ ਕਿ ਅਸੀਂ ਇਦਾਂ ਦੇ ਜਲਵੇ ਦੇਖਦੇ ਰਹੇ ਛਿੰਦੇ ਨੇ ਉਚੇਚਾ ਚਮਕੀਲੇ ਦੀ ਸਿਫਾਰਸ਼ ਕੀਤੀ ਸੀ ਜ਼ਾਹਿਰ احمد ਸੀਐਚਐਮਬੀ ਦਾ ਇੰਚਾਰਜ no doubt ਕਿ ਚਮਕੀਲਾ ਬਹੁਤ ਵਧੀਆ ਸਿੰਗਰ ਸੀ no doubt ਲਿਖਦਾ ਵਧੀਆ ਸੀ ਕੋਈ ਸ਼ੱਕ ਨਹੀਂ ਕਿ ਉਹ ਸਟਾਰ ਵੀ ਸੀ ਲੇਕਿਨ ਜਿਹੜਾ ਹੈ ਕਿ ਚਮਕੀਲਾ ਉਸੇ ਮੇਰੇ ਘਰ ਦੇ ਵਿੱਚ ਮਾਡਲ ਨੂੰ ਮੇਰੇ ਕੋਲ ਆ ਗਿਆ ਖਰਾੜਾ ਲੈ ਕੇ ਮੈਂ ਉਹਨੂੰ ਚਮਕੀਲੇ ਨੂੰ ਕਿਹਾ ਮੈਂ ਕਿਹਾ ਵੀ ਗੱਲ ਭਰਾਵਾ ਇਹ ਆ ਵੀ ਇਹ ਮੈਥੋਂ ਲਿਖ ਨਹੀਂ ਹੋਣੀ ਉਹਨੂੰ ਹੀ ਪਾਜੀ ਸਾਡੀ ਤਾਂ ਐਚ ਆਰ ਹੀ ਜਾਂ ਫਲਾਣਾ ਤੇ ਕਹ ਜਦ ਕਰੇ ਮੈਂ ਉਹਨੂੰ ਕਿਹਾ ਮੈਂ ਕਿਹਾ ਚਮਕੀਲੇ ਤੈਨੂੰ ਵੀ ਭਲੇਖਾ ਤੇਰੇ ਪਬਲਿਸ਼ਰ ਨੂੰ ਵੀ ਭਲੇਖਾ ਮੇਰੇ ਵਰਗੇ ਭਾਵੇਂ 10 ਬੰਦੇ ਲਿਖ ਦੇਣ ਮੁੱਖ ਬੰਦਾ ਇਹ ਕਾਲਜਾਂ ਨਹੀਂ ਲਾਇਬ੍ਰੇਰੀਆਂ 'ਚ ਇਹ ਕਿਤਾਬਾਂ ਨਹੀਂ ਜਾਂਦੀਆਂ ਹੁੰਦੀਆਂ ਇਦਾਂ ਦੀਆਂ ਉਹ ਹੋਰ ਕਤਬ ਹਜੇ ਮਤਲਬ ਉਹਦੇ ਗੱਲਾਂ ਚ ਆਏ ਲੱਗੇ ਦੇਵ ਤਰੀਕੇ ਵਾਲਾ ਕੋਈ ਗੀਤਕਾਰ ਮੇਰੇ ਕੋਲ ਫਿਰ ਜਸਵੰਤ ਸੰਧੀਲੇ ਤੋਂ ਲਖਾ ਦਿੰਨੇ ਉਹ ਕਹਿੰਦਾ ਨਹੀਂ ਉਹ ਤਾਂ ਮੇਰਾ ਜੂਨੀਅਰ ਆ ਉਹ ਤਾਂ ਬਹੁਤ ਜ਼ਿਆਦਾ ਰੌਲਾ ਪੈ ਗਿਆ ਇਹ ਗੱਲ ਫਿਰ ਚਰਚਾ ਵਿੱਚ ਆ ਗਈ ਉਦੋਂ ਪੂਰੀ ਲਹਿਰ ਚੱਲੀ ਹੋਈ ਸੀ ਮਹਿਮਸੀ ਬਈ ਅਸ਼ਲੀਲਤਾ ਦੇ ਖਿਲਾਫ ਪ੍ਰੋਗਰਾਮ ਬੁੱਕ ਕਰਨ ਵਾਲਿਆਂ ਨੂੰ ਕਹਣਾ ਵੀ ਪਿੰਡ ਤੋਂ ਜਰਾ ਇੱਕ ਦੂਰ ਖਾੜਾ ਲਾ ਲਿਓ ਕਮੀਜ਼ ਲਾ ਕੇ ਵੀ ਟੰਗ ਦੇਣਾ ਸਾਹਮਣੇ ਸਟੈਂਡ ਦੇ ਉੱਤੇ ਲੁਧਿਆਣੇ ਦੀ ਪਰੰਪਰਾ ਹੀ ਇਹ ਸੀਗਾ ਜੋੜੀਆਂ ਬਣਦੀਆਂ ਰਹਿੰਦੀਆਂ ਸੀ ਟੁੱਟਦੀਆਂ ਰਹਿੰਦੀਆਂ ਸੀ ਬਣਦੀਆਂ ਰਹਿੰਦੀਆਂ ਸੀ ਟੁੱਟਦੀਆਂ ਰਹਿੰਦੀਆਂ ਸੀ ਮੁਹੰਮਦ ਸਦੀਕ ਦਾਵਾ ਤਾਂ ਉੱਠਿਆ ਇਹ ਵੀਡੀਓ ਵੀ YouTube ਤੇ ਵੀ ਪਈ ਹੋਈ ਹੈ ਮੁਹੰਮਦ ਦੀਗ ਨੇ ਉੱਠ ਕੇ ਜਾ ਕੇ ਮਾਈਕ ਤੇ ਕਿਹਾ ਵੀ ਲੋਕੋ ਡਬਲ ਮੀਨਿੰਗ ਵਾਲੇ ਗੀਤਾਂ ਦੇ ਕਰਕੇ ਜਿਹਦੀ ਬਦਨਾਮੀ ਹੋ ਰਹੀ ਆ ਤੇ ਇਹਨੇ ਜਦੋਂ ਘਰ ਦੇ ਨੇੜੇ ਆਈ ਆ ਤੇ ਹਮਲਾ ਹੋ ਗਿਆ ਇਹ ਉੱਥੇ ਸਾਰੇ ਮਾਰੇ ਗਏ ਮੈਂ ਭੱਜ ਕੇ ਜਾ ਕੇ ਜਿਹੜਾ ਉਹ ਘਰ 'ਚ ਸਮਾਗਮ ਸੀਗਾ ਉਹ ਰਜਾਈਆਂ ਦੇ ਵਿੱਚ ਮੈਂ ਜਾ ਕੇ ਲੁਕ ਗਿਆ ਤੇ ਕਾਫੀ ਧੀਰ ਮੈਂ ਲੁਕਿਆ ਰਿਆ ਉਦੋਂ ਬਾਅਦ ਉਹ ਘਰ ਦੀ ਇੱਕ ਮਾਈ ਨੇ ਬੁੜੀ ਨੇ ਕਿਹਾ ਵੀ ਭਾਈ ਬਾਣਾ ਤਾਂ ਵਰਤ ਗਿਆ ਆ ਜਾ ਕਾਕਾ ਬਾਹਰ ਆ ਜਾ ਉਦੋਂ ਮੈਨੂੰ ਕਹਿੰਦਾ ਹੁੰਦਾ ਸੀ ਸਾਡਾ ਵੀ ਪਤਾ ਨਹੀਂ ਸੂਤ ਲੱਗੂ ਕਦੋਂ ਲੱਗੂਗਾ ਕਿਵੇਂ ਆਏ ਹੈ ਆਏ ਹੈ ਉਹ ਖਜੋ ਏਦਾਂ ਦੀਆਂ ਗੱਲਾਂ ਜਿਵੇਂ ਸਾਰੇ ਸਟ੍ਰੈਗਨਾਂ ਨੇ ਬੰਦੇ ਕਰਦੇ ਆ ਇਸੇ ਤਰ੍ਹਾਂ ਕਰਦਾ ਸੀ ਓਵਰ ਆਲ ਵੈਸੇ ਸਸਿਕਲ ਜੀ ਮੈਂ ਤੁਹਾਡਾ ਆਪਣਾ ਸਤਿ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਤੇ ਪ੍ਰੋਗਰਾਮ ਬਾਪੂ ਦੇ ਕਿੱਸੇ ਪੋਡਕਾਸਟ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਸਾਰੇ ਦਾ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਹੈ ਮੇਰੇ ਫੇਵਰਟ ਸ਼ੋਅ ਦੇ ਵਿੱਚ ਫੇਵਰਟ ਇਸ ਕਰਕੇ ਕਿਉਂਕਿ ਇਸ ਐਪੀਸੋਡ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਜੋ ਜਾਣਕਾਰੀਆਂ ਮਿਲਦੀਆਂ ਨੇ ਉਹ ਸ਼ਾਇਦ ਸੋਸ਼ਲ ਮੀਡੀਆ ਉੱਤੇ ਕਿਤੇ ਨਹੀਂ ਮਿਲ ਸਕਦੀਆਂ ਤੇ ਕਿਤਾਬਾਂ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਐਸੀਆਂ ਨਹੀਂ ਮਿਲ ਸਕਦੀਆਂ ਕਿਉਂਕਿ ਇਹ ਪ੍ਰੈਕਟੀਕਲ ਗੱਲਾਂ ਹੁੰਦੀਆਂ ਨੇ ਤੇ ਖਾਸ ਗੱਲ ਇਹ ਹੈ ਕਿ ਸ਼ੋਅ ਦੇ ਵਿੱਚ ਸੁਣਾਉਂਦੇ ਨੇ ਜਿਹੜੇ ਉਹਨਾਂ ਦਾ ਸੁਣਾਉਣ ਦਾ ਅੰਦਾਜ਼ ਹੈ ਨਾ ਜਿਹੜਾ ਉਹ ਮੈਨੂੰ ਵੀ ਬਹੁਤ ਵਧੀਆ ਲੱਗਦਾ ਤੇ ਜਿਹੜੀ ਆਡੀਅנס ਉਹ ਵੀ ਬਹੁਤ ਇੰਜੋਏ ਕਰਦੀ ਐ ਸੋ ਸਵਾਗਤ ਕਰਦੇ ਆ ਸ਼ਮਸ਼ੀਰ ਸੰਧੂ ਸਾਹਿਬ ਦਾ ਸੱਸੀਗਾ ਸੰਧੂ ਸਾਹਿਬ ਹਾਜ਼ਰ ਜੀ ਮੇਰਾ ਤਾਂ ਇਹੀ ਕਹਿਣਾ ਬਣਦਾ ਹਾਜ਼ਰ ਜੀ ਜਦੋਂ ਤੁਹਾਨੂੰ ਮਿਲਦਾ ਹੈ ਨਾ ਜਦੋਂ ਨਵਾਂ ਐਪੀਸੋਡ ਸ਼ੁਰੂ ਕਰੀਦਾ ਇੱਕ એનર્ਜੀ ਵੱਖਰੀ ਹੋਉਂਦੀ ਹੈ ਬੜਾ ਵਧੀਆ ਲੱਗਦਾ ਤੇ ਅੱਜ ਜਿਹੜਾ ਐਪੀਸੋਡ ਆਪਾਂ ਸਿੱਧਾ ਮੁੱਦੇ ਤੇ ਆਉਂਦੇ ਆ ਅੱਜ ਕਿਸਿਆਂ ਦੇ ਉੱਤੇ ਆਉਂਦੇ ਆ ਸਿੱਧਾ ਤੇ ਹੁਣ ਅੱਜ ਕਿਸੇ ਆਪਾਂ ਸ਼ੇਅਰ ਕਰਾਂਗੇ ਲੈਜੈਂਡ ਦੇ ਲੈਜੈਂਡ ਉਹ ਜਿਹਨੂੰ ਕਿ ਦੁਨੀਆ ਅੱਜ ਤੱਕ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਮੈਂ ਗੱਲ ਕਰ ਰਿਹਾ ਚਮਕੀਲਾ ਜੀ ਦੀ ਸੋ ਉਸ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਅੱਜ ਤੱਕ ਲੋਕ ਉਹਨਾਂ ਦੇ ਗਾਣੇ ਦੇ ਉੱਤੇ ਡੀਜੇ ਦੇ ਉੱਤੇ ਉਸੇ ਤਰ੍ਹਾਂ ਨੱਚਦੇ ਨੇ ਸੋ ਉਹਨਾਂ ਦੀਆਂ ਗੱਲਾਂ ਪਤਾ ਤੁਹਾਡਾ ਬੜਾ ਟਾਈਮ ਤੁਸੀਂ ਉਹਨਾਂ ਨਾਲ ਗੁਜ਼ਾਰਿਆ ਵੀ ਹੈ ਹੈਨਾ ਬੜੀਆਂ ਯਾਦਾਂ ਵੀ ਨੇ ਤੁਹਾਡੀਆਂ ਉਹਨਾਂ ਨਾਲ ਖੱਟੀਆਂ ਮਿੱਠੀਆਂ ਸੋ ਮੈਂ ਇਹ ਚਾਹੁੰਦਾ ਕਿ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਚਮਕੀਲਾ ਜੀ ਦੇ ਬਾਰੇ ਗੱਲਬਾਤ ਕਰੀਏ ਤੇ ਫਰਮਾਇਸ਼ ਵੀ ਬਹੁਤ ਜ਼ਿਆਦਾ ਲੰਬੇ ਟਾਈਮ ਤੋਂ ਆ ਰਹੀ ਸੀ ਹਾਂ ਮੈਨੂੰ ਵੀ ਗਾਹੇ ਬਗਾਹੇ ਸਜਣ ਮਿੱਤਰ ਕਹਿੰਦੇ ਰਹਿੰਦੇ ਆ ਦਰਸ਼ਕ ਸਰੋਤੇ ਜਾਂ ਕਈ ਵਾਰ ਉਦਾਂ ਹੀ ਮਿਲਦੇ ਜਿਵੇਂ ਕਿਤੇ ਤੇ ਉਹ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਵੀ ਚਮਕੀਲੇ ਬਾਰੇ ਵੀ ਕੁਝ ਬੋਲੋ ਤੇ ਦੱਸੋ ਜਦੋਂ ਮੈਂ ਇੱਕ ਵਾਰ ਨਾ ਬਹੁਤ ਸਾਲ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਚੈਨਲ ਦੇ ਉੱਤੇ 18-20 ਪ੍ਰੋਗਰਾਮ ਕੀਤੇ ਸਿਰਿੰਦਰ ਗੌਰ ਵਾਰੇ ਜਮਲੇ ਜਟ ਵਾਰੇ ਬਲਵਿੰਦਰ ਫਿੱਡੂ ਵਾਰੇ ਜਗ ਸਿੰਘ ਜਗ ਹਰ ਵਾਰ ਜਿਹੜਾ ਉੱਥੇ ਦੇ ਸਟਾਫ ਦੇ ਦੋ ਬੰਦੇ ਸੀ ਅਸੀਂ ਉਹਨਾਂ ਨੇ ਹਰ ਵਾਰ ਇਹ ਕਹਿਣਾ ਚਮਕੀਲੇ ਵਾਰੇ ਕਦੋਂ ਕਰੋਗੇ ਜੀ ਚਮਕੀਲੇ ਵਾਰੇ ਕਰੋ ਮੈਂ ਕਹਿਣ ਤੋਂ ਭਾਵੇਂ ਵੀ ਚਮਕੀਲੇ ਦੀ ਆਪਦੀ ਇੱਕ ਬਹੁਤ ਆਡੀਅੰਸ ਹੱਲ ਵੀ ਜੋੜੀ ਜੀ ਜਿਹੜੇ ਉਹਨੂੰ ਸੁਣਦੇ ਆ ਵਾਰ-ਵਾਰ ਸੁਣਦੇ ਆ ਜੀ ਮੇਰੇ ਖਿਆਲ ਉਹਦੀ 7-8 ਕੈਸਟਾਂ ਆਈਆਂ ਉਹ 7-8 ਕੈਸਟਾਂ ਦੇ ਗੀਤ ਅਜੇ ਤੱਕ ਕੋਸੀ ਤਰ੍ਹਾਂ ਲੋਕਾਂ ਦੀ ਜ਼ੁਬਾਨੀ ਯਾਦ ਨੇ ਤਕਰੀਬਨ ਉਹਨਾਂ ਵਿੱਚੋਂ ਗਾਣੇ ਜਿਹੜੇ ਹੈਗੇ ਮੇਰਾ ਵਾ ਵਾਸਤਾ ਚਮਕੀਲੇ ਨਾਲ ਵੀ ਬਹੁਤ ਰਹਾ ਬਹੁਤ ਨੇੜਤਾ ਉਹ ਇਸ ਕਰਕੇ ਕਿ ਉਹਦਾ ਪਿੰਡ ਸੀ ਦੁਗਰੀ ਮਾਡਲ ਟਾਊਨ ਦੇ ਨਾਲ ਲੁਧਿਆਣੇ ਤੇ ਮੈਂ ਮਾਡਲ ਟਾਊਨ ਰਹਿੰਦਾ ਸੀ ਮਿੰਟ ਗੁਮਰੀ ਚੌਕ ਦੇ ਵਿੱਚ 520 ਹਾਰ ਮੈਨੂੰ ਯਾਦ ਆ 520 ਹਰ ਮੇਰਾ ਘਰ ਸੀ ਉੱਥੇ ਨੇੜੇ ਇੱਕ ਚਾਦਾ ਖੋਖਾ ਸੀ ਉਸ ਖੋਕੇ ਦਾ ਵੀ ਇੱਕ ਵੱਖਰਾ ਹੀ ਇਤਿਹਾਸ ਆ ਵੀ ਅਮਰਸਿੰਮ ਚਮਕੀਲੇ ਤੋਂ ਲੈ ਕੇ ਪਾਰਸ ਤੋਂ ਲੈ ਕੇ ਪਾਸ ਤੱਕ ਹਰਪਜਨ ਹਲਵਾਰਵੀ ਤੱਕ ਉੱਥੇ ਸੱਜਣ ਮੇਂ ਧਰਾਉਂਦੇ ਰਹੇ ਤੇ ਉੱਥੇ ਮौज ਹੁੰਦੀ ਸੀਗੀ ਵੀ ਆ ਦੋ ਕੱਪ ਬਣਾ ਦੇ ਦੋ ਹੋਰ ਬਣਾ ਦੇ ਯਾਰ ਚਾਰ ਬਣਾ ਦੇ ਚਮਕੀਲੇ ਨੇ ਜਦੋਂ ਦੁੱਗਰੀ ਤੋਂ ਸੁਰਿੰਦਰ ਸ਼ੰਦੇ ਦੇ ਦਫ਼ਤਰ ਨੂੰ ਆ ਕੇ ਝਾੜ ਪੁੰਝ ਕਰਨੀ ਹੁੰਦੀ ਸੀ ਦਫ਼ਤਰ ਕਿਉਂਕਿ ਛਿੰਦੇ ਦਾ ਅਸਿਸਟੈਂਟ ਕਹ ਲੋ ਜੀ ਉਹਦੇ ਨਾਲ ਕੋਰਸ ਵੀ ਬੋਲਦਾ ਸੀ ਤੁੰਬੀ ਵੀ ਵਜਾਉਂਦਾ ਸੀ ਤੇ ਉਹਨਾਂ ਨੇ ਉਹਨੇ ਨੰਗਣਾ ਹੀ ਮੇਰੇ ਘਰ ਮూర్ਦੀ ਹੁੰਦਾ ਸੀ ਇਸ ਕਰਕੇ ਉੱਥੇ ਅਕਸਰ ਅਸੀਂ ਬਹਿ ਜਾਂਦੇ ਹੁੰਦੇ ਸੀ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਸੀ ਤੇ ਉਹ ਸੁਣਾਉਂਦਾ ਰਹਿੰਦਾ ਸੀ ਉਦੋਂ ਪਹਿਲਾਂ ਪਹਿਲਾਂ ਤਾਂ ਉਹ ਉਹਦੀਆਂ ਲਿਖਤਾਂ ਸਾਹਮਣੇ ਆਉਂਦੀਆਂ ਸੀ ਨਾ ਜਿਵੇਂ ਉਹਦੇ ਲੇਖ ਕੋਈ ਉਹਦੇ ਗੀਤ ਹਿੱਟ ਹੋ ਗਏ ਸੀਗੇ ਬਈ ਪਲੰਗਸਰਾਂ ਨੇ ਧਰ ਗਿਆ ਰਾਤੀ ਸਤ ਮਿਰਚਾਂ ਇੱਕ ਪੂਣੀ ਦੇ ਗਿਆ ਨਹੀਂ ਡੁੱਬ ਜਾਣੀ ਦਾ ਜੇਠ ਗੁਗਲ ਦੀ ਧੋਣੀ ਛਿੰਦੇ ਦੀ ਵਾਸਚ ਇਸ ਤਰ੍ਹਾਂ ਦੇ ਆਏ ਸੀਗੇ ਤੇ ਉਹ ਨਾਲ ਦੀ ਨਾਲ ਛਿੰਦੇ ਦੀ ਸਟੇਜ ਤੇ ਉਹਨੂੰ ਛਿੰਦ ਨਾਲ ਬਕਾਇਦਾ ਉਸਤਾਦੀ ਸ਼ਗਿਰਦੀ ਸੀ ਉਹਦੀ ਜੀ ਇੱਕ ਦੋ ਗੀਤ ਵੀ ਗਾ ਲੈਂਦਾ ਸੀ ਛਿੰਦੇ ਨੂੰ ਬਹੁਤ ਵਧੀਆ ਤੁੰਬੀ ਨਹੀਂ ਸੀ ਵਜਾਉਣੀ ਆਉਂਦੀ ਸੋ ਸਟੇਜ ਦੇ ਉੱਤੇ ਜਦੋਂ ਤੁੰਬੀ ਪੀਸ ਹੁੰਦਾ ਸੀਗਾ ਉਹ ਚਮਕੀਲਾ ਉਹ ਮੈਨੂੰ ਯਾਦ ਆ ਉਹਦੋਂ ਚਮਕੀਲਾ ਨਾ ਜਿਹੜਾ ਐਦਾਂ ਨਹੀਂ ਸੀ ਵਜਾਉਂਦਾ ਹੁੰਦਾ ਉਹ ਸਿੱਧੀਆਂ ਬਾਹਾ ਕਰਕੇ ਇਸ ਤਰ੍ਹਾਂ ਕਰਕੇ ਉਹਨੇ ਤੂਵੀ ਪੀਸ ਵੀ ਜਾ ਦੇਣਾ ਤੂਵੀ ਪੀਸ ਵੀ ਜਾ ਕੇ ਪਾਸੇ ਹੁਣਾ ਛਿੰਦੇ ਨੇ ਅੰਤਰਾ ਬੋਲ ਦੇਣਾ ਉਹਨੇ ਫੇਰ ਪੀਸ ਤੇ ਜਾ ਦੇਣਾ ਉਹਨੇ ਫੇਰ ਅੰਤਰਾ ਬੋਲ ਦੇਣਾ ਕਿ ਅਸੀਂ ਇਦਾਂ ਦੇ ਜਲਵੇ ਦੇਖਦੇ ਰਹੇ ਆ ਫਿਰ ਨਾਲ ਨਾਲ ਕੀ ਹੋਇਆ ਵੀ ਆਪਣਾ ਚਮਕਿੱਲੇ ਨੂੰ ਸਿੰਗਰ ਬਣਨ ਦਾ ਵੀ ਸੀਗਾ ਹੀ ਅੰਦਰੋਂ ਬਿਲਕੁਲ ਬਿਲਕੁਲ ਇਹ ਮੈਂ ਉਦੋਂ ਇੱਕ ਵਾਰ ਗਿਆ ਹੋਇਆ ਸੀ ਐਚਐਮਬੀ ਦੀ ਰਿਕਾਰਡਿੰਗ ਦੇਖਣ ਉੱਤੇ ਛਿੰਦੇ ਦੇ ਨਾਲ ਫਿਰ ਦਦਾਰ ਸੰਧੂ ਦੀ ਵੀ ਰਿਕਾਰਡਿੰਗ ਛਿੰਦੇ ਦੀ ਚਿੰਦੇ ਨੇ ਉਚੇਚਾ ਚਮਕੀਲੇ ਦੀ ਸਿਫਾਰਸ਼ ਕੀਤੀ ਸੀਗੀ ਜ਼ਾਹਿਰ احمد ਸੀਐਚਐਮਬੀ ਦਾ ਇੰਚਾਰਜ ਪੰਜਾਬੀ ਡਿਪਾਰਟਮੈਂਟ ਦਾ ਤੇ ਉਹਨਾਂ ਨੇ ਫਿਰ ਚਮਕੀਲੇ ਨੂੰ ਸੁਣਿਆ ਸੀ ਉਹ ਉਹਨੂੰ ਇਹ ਸੀ ਜ਼ਾਹਿਰ احمد ਨੂੰ ਉਹਨਾਂ ਦੀ ਤਾਂ ਹੱਟੀ ਸੀ ਦੁਕਾਨ ਸੀ ਕੋਈ ਨਵਾਂ ਮੁੰਡਾ ਤੇ ਉੱਥੇ ਫਿਰ ਇਹ ਹੋਇਆ ਵੀ ਨਾਲ ਜੀ ਇਹਦੇ ਸਰਿੰਦਰ ਸੋਨੀਆ ਗਾ ਦੂਗੀ ਤੇ ਉੱਥੇ ਉਹਨੇ 2 ਢਾਈ ਮਹੀਨੇ ਦੀ ਫਿਰ ਡੇਟ ਦਿੱਤੀ ਸੀਗੀ ਜ਼ਾਹਿਰ احمد ਨੇ ਕੋਈ ਨਹੀਂ 2 ਢਾਈ ਮਹੀਨੇ ਬਾਅਦ ਤੁਹਾਡੀ ਰਿਕਾਰਡਿੰਗ ਕਰਾਂਗੇ ਇਸ ਤਰ੍ਹਾਂ ਉਹਦੀਆਂ ਸਾਰੀਆਂ ਧੁੱਪਾਂ ਛਾਵੇਂ, ਖਟੀਆਂ, ਮਿੱਠੀਆਂ, ਖੱਟ-ਮਿੱਠੀਆਂ, ਘਟਨਾਵਾਂ ਮੇਰੇ ਸਾਹਮਣੇ ਵਾਪਰਦੀਆਂ ਰਹੀਆਂ। ਜੀ। ਫਿਰ ਉਹ ਬਕਾਇਦਾ ਮਤਲਬ ਉਹਦਾ ਸਿਰਿੰਦਰ ਸੋਨੀਆ ਨਾਂ ਗਾਂ ਜਾ ਕੇ ਸੈੱਟ ਵੀ ਬਣ ਗਿਆ। ਤੇ ਇੰਨਾ ਜ਼ਿਆਦਾ ਉਹਦੇ ਗੀਤ ਚੱਲ ਗਏ। ਚਾਰੇ ਪਾਸੇ ਚਮਕੀਲਾ ਚਮਕੀਲਾ ਹੋ ਗਈ। ਜੀ। ਚੜਦਾ ਹੀ ਗਿਆ ਉਹਦਾ ਉਹ ਲੇਖਕ ਵਜੋਂ ਉਹਦੇ ਗੀਤ ਵੀ ਗਾ ਲੈਂਦੇ ਸੀ ਛਿੰਦੇ ਹੋਣੀ ਹੋਰ ਤੇ ਨਾਲ ਦੀ ਨਾਲ ਪਰ ਇਹ ਵੀ ਆ ਵੀ ਉਹ ਉਹ ਖੁਦ ਵੀ ਬਹੁਤ ਗਾਉਂਦਾ ਸੀਗਾ ਉਹਦੇ ਖਾੜੇ ਮਰਨ ਲੱਗੇ ਫਿਰ ਜਿਵੇਂ ਮਿੱਠਾ ਬਣਦੀ ਹੁੰਦੀ ਹੈ ਨਾ ਆਮ ਤੁਸੀਂ ਸੁਣਿਆ ਹੋਊਗਾ ਕਹਿੰਦੇ ਹੁੰਦੇ ਆ ਵੀ ਚਮਕੀਲੇ ਨੇ ਇੱਕ ਵਾਰ ਤਾਂ ਜਿਲ੍ਹੇ ਲੁਧਿਆਣੇ ਦੇ ਗਾਇਕ ਵਹਿਲੇ ਕਰਤੇ ਸੀ ਹੂੰ ਬਿਲਕੁਲ ਇਹ ਹੱਥ ਖੱਥ ਨਹੀਂ ਆ ਅੱਛਾ ਜੀ ਕੋਈ ਵਹਿਲੇ ਕਰਨ ਵਾਲੀ ਕਰਨੀ ਸੀਗੀ ਉਹ ਫਿਰ ਮੈਂ ਤਾਂ ਜਦੋਂ ਕਿਤੇ ਇੱਥੇ ਕਹਿੰਦੇ ਸੀ ਨੋ ਡਾਊਟ ਕਿ ਚਮਕੀਲਾ ਬਹੁਤ ਵਧੀਆ ਸਿੰਗਰ ਸੀ ਨੋ ਡਾਊਟ ਲਿਖਦਾ ਵਧੀਆ ਸੀ ਕੋਈ ਸ਼ੱਕ ਨਹੀਂ ਕਿ ਉਹ ਸਟਾਰ ਵੀ ਸੀ ਲੇਕਿਨ ਜਿਹੜਾ ਹੈ ਕਿ ਵੀ ਵਹਿਲੇ ਕਰਤੇ ਉਹਦੇ ਜੇ ਫਿਰ ਮੈਂ ਉਦਾਹਰਣ ਇਹ ਦੇਣਾ ਹੁੰਦਾ ਵੀ ਜਮਲਾ ਜੱਟ ਕੋਲੇ ਪੰਜਾਬ ਦੇ 120 ਡੇਰੇ ਸੀ ਡੇਰੇਆਂ ਵਾਲੇ ਜਿਹੜੇ ਉਹਨੂੰ ਸਾਥ ਦੇ ਹੁੰਦੇ ਸੀਗੇ ਜੀ ਉਹ 120 ਡੇਰੇ ਤਾਂ ਉਹਦੀ ਸਾਰੀ ਉਮਰ ਹੰਢਾਏ ਆ ਉਹਦੇ ਨੇਰੀ ਜਾਵੇ ਮੀਂਹ ਜਾਵੇ ਕੁਛ ਲਹਿਰਾਂ ਚੱਲੀ ਜਾਣ ਜਮਲੇ ਜੱਟ ਨੇ 120 ਡੇਰੇ 120 ਪ੍ਰੋਗਰਾਮ ਤੋਂ ਉਹਦੇ ਉਹ ਸੀ ਉਹ ਪੱਕੇ ਸੀ ਹੋਰ ਨਾ ਪ੍ਰੋਗਰਾਮ ਤਾਂ ਬਿਨਾ ਜਮਲਾ ਕਿਵੇਂ ਵਿਲਾ ਹੋ ਗਿਆ ਕੁਲਦੀਪ ਮਾਨ ਕਿ ਐਡੀ ਵੱਡੀ ਗੱਲ ਸੀ ਐਡੀ ਵੱਡੀ ਤਾਂ ਅਸੀਂ ਕੁਲਦੀਪ ਮਾਨ ਕਿੱਥੇ ਵਿਲਾ ਹੋ ਸਕਦਾ ਦਦਾਰ ਸੰਧੂ ਦਾ ਤਾਂ ਗੰਗਾ ਨਗਰ ਤੋਂ ਕਰਨਪੁਰ ਤੱਕ ਪ੍ਰੋਗਰਾਮ ਹਫਤਾ ਹਫਤਾ ਤਾਂ ਮੁੜਦਾ ਨਹੀਂ ਸੀ ਇਹ ਤਾਂ ਮਤਲਬ ਇਹ ਇਹ ਹੁੰਦਾ ਵੈਸੇ ਜੁੜ ਜਾਂਦੀਆਂ ਗੱਲਾਂ ਬਈ ਹੱਤਕਤਨੀ ਵਾਲੀਆਂ ਮਤਲਬ ਕਿ ਹਿੱਟ ਗਾਣੇ ਨੇ ਯਾਨੀ ਕਿ ਚਮਕੀਲੇ ਕੋਲੇ ਵੀ ਬੇਹੱਦ ਪ੍ਰੋਗਰਾਮ ਸੀ ਮਤਲਬ ਜੇ 365 ਦੇਣਾ ਤਾਂ 362 ਦੇਣਾ ਉਹਦੇ ਕੋਲੇ ਹੋਣਗੇ ਇਹ ਇਸ ਤਰ੍ਹਾਂ ਹੋ ਜਾਂਦਾ ਇਦਾਂ ਸੀਗਾ ਬਾਕੀ ਜਿਹੜਾ ਹੈਗਾ ਬਈ ਉਹਦੇ ਕਿਉਂਕਿ ਗੀਤਾਂ ਦੇ ਬਾਰੇ ਫਿਰ ਚਰਚਾ ਬਹੁਤ ਛੜਦੀ ਰਹੀ ਬਈ ਜਿਹੜੀ ਬਲਗੇਰਟੀ ਵਾਲੀ ਗੱਲ ਆ ਉਹ ਸਿੱਧੇ ਰੂਪ ਵਿੱਚ ਮੈਨੂੰ ਜਿਹੜਾ ਇੱਕ ਵਾਅ ਵਾਸਤਾ ਪਿਆ ਚਮਕੀਲਾ ਉਹ ਸੇ ਮੇਰੇ ਘਰ ਦੇ ਵਿੱਚ ਮਾਡਲ ਟਾਉਨ ਮੇਰੇ ਕੋਲ ਆ ਗਿਆ ਖਰੜਾ ਲੈ ਕੇ ਤੇ ਉਹ ਮੈਨੂੰ ਕਹਿਣ ਲੱਗੇ ਇਸ ਖਰੜੇ ਦਾ ਵੀ ਤੁਸੀਂ ਮੁਖਬੰਦ ਲਿਖ ਦਿਓ ਜਿਹਨੂੰ ਮੁਖਬੰਦ ਜਾਂ ਭੂਮਿਕਾ ਕਹਿੰਦੇ ਆਪਾਂ ਉਹ ਮੈਂ ਸਰ ਖਰੜਾ ਪੜ੍ਹ ਲਿਆ ਹੁਣ ਖਰੜਾ ਪੜ੍ਹਨ ਤੋਂ ਬਾਅਦ ਮੈਂ ਜਿਹੜੇ ਧਰਮ ਸੰਕਟ 'ਚ ਪੈ ਗਿਆ ਇੱਕ ਤਾਂ ਮੈਂ ਉਦੋਂ ਸਿੱਖ ਨੈਸ਼ਨਲ ਕਾਲਜ ਬੰਗੇ ਪੰਜਾਬੀ ਦਾ ਪ੍ਰੋਫੈਸਰ ਲੱਗ ਚੁੱਕਿਆ ਸੀਗਾ ਹੁਣ ਉਹ ਮੇਰੇ ਤੇ ਪ੍ਰੋਫੈਸਰੀ ਚੜੀ ਹੋਈ ਇੱਕ ਸਾਡੇ ਤੇ ਕਾਮਰੇਡੀ ਵੀ ਭਾਰੂ ਸੀ ਪਾਸ ਉਹਨਾਂ ਦੇ ਅਸੀਂ ਸਾਥੀ ਹੋਰਨਾ ਇਹ ਦੋ ਗੱਲਾਂ ਤੇ ਖਰੜ ਦੇ ਵਿੱਚ ਗੀਤ ਕੀ ਆ ਆਟੇ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ ਇੱਕੋ ਥਾਲੀ ਚ ਬਗਾਨੇ ਪੁੱਤ ਪਾ ਕੇ ਇੱਕੋ ਥਾਲੀ ਚ ਬਗਾਨੇ ਪੁੱਤ ਪਾ ਕੇ ਤੂੰ ਬਾਰ ਬਾਰੀ ਛੱਕਦੀ ਰਹੀ ਕੀ ਹੋ ਗਿਆ ਚਰਨਾ ਕੀ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਬਾਪੂ ਸਾਡਾ ਗੁੰਮ ਹੋ ਗਿਆ ਹੁਣ ਮੁਖਵੰਦ ਭੂਮਿਕਾ ਵਿੱਚ ਤਾਂ ਲਿਖਣ ਵਾਲੇ ਦਾ ਇਹ ਹੁੰਦਾ ਕਿ ਉਹਨੇ ਤਾਰੀਫ ਕਰਨੀ ਆ ਬਿਲਕੁਲ ਲੇਖਕ ਦੀ ਜੇ ਬੁੱਕ ਰਿਵਿਊ ਆ ਬੁੱਕ ਰਿਵਿਊ ਦੇ ਵਿੱਚ ਤਾਂ ਆਲੋਚਨਾ ਕਰ ਸਕਦਾ ਕਿੰਤੂ ਪਰੰਤੂ ਕਰ ਸਕਦਾ ਮੁੱਖਬੰਦ ਭੂਮਿਕਾ ਤਾਂ ਸਾਰੀ ਹੱਕੇ ਚ ਬੋਲ ਨਹੀਂ ਹੁੰਦੀ ਮੈਂ ਉਹਨੂੰ ਚਮਕੀਲੇ ਨੂੰ ਕਿਹਾ ਮੈਂ ਕਿਹਾ ਵੀ ਗੱਲ ਭਰਾਵਾ ਇਹ ਆ ਵੀ ਇਹ ਮੈਥੋਂ ਲਿਖ ਨਹੀਂ ਹੋਣੀ ਮੈਂ ਹੁਣ ਇਹਨਾਂ ਗੀਤਾਂ ਦੀ ਕਿਵੇਂ ਤਾਰੀਫ ਕਰਾਂ ਮੈਂ ਕੀ ਕਿਵੇਂ ਜਵਾਬ ਦੇਵਾਂਗਾ ਉਹਨੂੰ ਹੀ ਪਾਜੀ ਸਾਡੀ ਤਾਂ ਇਚਾਰੀ ਜਾਂ ਫਲਾਣਾ ਤੇਮਕਾ ਜਦ ਕਰੇ ਮੈਂ ਕਿਹਾ ਵੀ ਐਡੀ ਕਿਹੜੀ ਗੱਲ ਆ ਯਾਰ ਉਹ ਕਹਿੰਦਾ ਮੇਰੇ ਪਬਲਿਸ਼ਰ ਨੇ ਮੈਨੂੰ ਕਿਹਾ ਵੀ ਸੰਧੂ ਤੋਂ ਮੁੱਖਬੰਦ ਲਖਾ ਲਾ ਉਹ ਕਾਲਜ ਵਿੱਚ ਪੜਾਉਂਦਾ ਤੇ ਫੇਰ ਨਾ ਆਪਣੀ ਕਿਤਾਬ ਕਾਲਜਾਂ ਦੀਆਂ ਲਾਇਬ੍ਰੇਰੀਆਂ ਚ ਬਹੁਤ ਚਲੀ ਜਾਊਗੀ। ਹੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਚਮਕੀਲੇ ਤੈਨੂੰ ਵੀ ਭਲੇਖਾ ਤੇਰੇ ਪਬਲਿਸ਼ਰ ਨੂੰ ਵੀ ਭਲੇਖਾ। ਇਦਾਂ ਦੀਆਂ ਕਿਤਾਬਾਂ ਨਹੀਂ ਮੇਰੇ ਵਰਗੇ ਭਾਵੇਂ 10 ਬੰਦੇ ਲਿਖ ਦੇਣ ਨਾਲੋਂ ਮੁੱਖ ਬੰਦਾ। ਇਹ ਕਾਲਜਾਂ ਨਹੀਂ ਲਾਇਬ੍ਰੇਰੀਆਂ ਚ ਇਹ ਕਿਤਾਬਾਂ ਨਹੀਂ ਜਾਂਦੀਆਂ ਹੁੰਦੀਆਂ ਇਦਾਂ ਦੀਆਂ ਉਹ ਹੋਰ ਕਤਬਾਂ ਜਿਹੜੀਆਂ। ਤੇ ਮੈਂ ਕਿਹਾ ਜੀ ਬਾਹਲੀ ਗੱਲ ਦੇਵਤਰੀ ਕੇਲੇ ਤੋਂ ਮੈਂ ਕਹਿ ਦਿੰਦਾ ਵੀ ਉਹ ਤੋਂ ਲਿਖਵਾ ਦਿੰਨੇ ਆ। ਉਹਦਾ ਤੇ ਫੀਲਡ ਆ। ਉਹਨਾਂ ਹੀ ਮਤਲਬ ਉਹਦੇ ਗੱਲਾਂ ਚ ਆਇ ਲੱਗੇ ਦੇਵਤਰੀ ਕੇਲੇ ਵਾਲਾ ਕੋਈ ਗੀਤਕਾਰ। ਮੈਂ ਕਿਹਾ ਫਿਰ ਜਸਵੰਤ ਸੰਧੀਲੇ ਤੋਂ ਲਿਖਾ ਦਿੰਨੇ ਉਹ ਕਹਿੰਦਾ ਨਹੀਂ ਉਹ ਤਾਂ ਮੇਰਾ ਜੂਨੀਅਰ ਆ ਠੀਕ ਫਿਰ ਮੈਨੂੰ ਨਹੀਂ ਪਤਾ ਵੀ ਉਹਦਾ ਮੁੱਖ ਬੰਦ ਭੂਮਿਕਾ ਹੋ ਸਕਦਾ ਆ ਆਪਦੀ ਕਿਹੜੇ ਲਿਖਿਆ ਮੈਂ ਭਰੇ ਹੋਏ ਮਨ ਨਾਲ ਉਹਨੂੰ ਖਰੜਾ ਵਾਪਸ ਕੀਤਾ ਤੇ ਭਰੇ ਹੋਏ ਮਨ ਨਾਲ ਉਹ ਖਰੜਾ ਲੈ ਗਿਆ ਜਦੋਂ ਮੈਂ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਇੱਥੇ 18 ਸੈਕਟਰ ਚ ਇੱਕ ਦੀਵਾਲੀ ਮੇਲਾ ਲੱਗਦਾ ਹੁੰਦਾ ਸੀ ਉਹ ਹਰ ਸਾਲ ਸਿੰਗਰ ਬਦਲਦੇ ਹੁੰਦੇ ਸੀਗੇ ਲੇਕਿਨ ਕਿਸੇ ਕਿਸੇ ਸਿੰਗਰ ਨੂੰ ਵਾਰ-ਵਾਰ ਸੱਦ ਲੈਂਦੇ ਸੀਗੇ ਇੱਥੇ ਕਈ ਵਾਰ ਉਹ ਮੇਲਿਆਂ 'ਚ ਆਇਆ ਉਦੋਂ ਫਿਰ ਸਾਡੀ ਮੁਲਾਕਾਤ ਹੁੰਦੀ ਹੁੰਦੀ ਸੀ ਉਹਨੇ ਕਿਹਾ ਜਾਇਓ ਨਾ ਜਾਇਓ ਨਾ ਮਿਲ ਕੇ ਬਸ ਮੈਂ ਪ੍ਰੋਗਰਾਮ ਲਾ ਲਾਂ ਫਿਰ ਆਪਾਂ ਬੈਠਦੇ ਆ ਇਦਾਂ ਸਾਡੀਆਂ ਮੁਲਾਕਾਤਾਂ ਬਹੁਤ ਹੁੰਦੀਆਂ ਰਹੀਆਂ ਅੱਛਾ ਜੀ ਉਥੇ ਲੁਧਿਆਣੇ ਵੀ ਆਉਂਦੀ ਰਹੀ ਜਦੋਂ ਪੁੱਤ ਜੱਟਾਂ ਦੀ ਰਿਕਾਰਡਿੰਗ ਹੋਈ ਫਿਲਮ ਦੀ ਬਿਲਕੁਲ ਜਗਜੀਤ ਚੂੜਚੱਕ ਡਾਇਰੈਕਟਰ ਸੀ ਉਹਦਾ ਸਾਰਾ ਗੀਤ ਸੰਗੀਤ ਦਾ ਉਸ ਦੌਰ ਦੀਆਂ ਪੁੱਤ ਜੱਟਾਂ ਦੇ ਤੋਂ ਕਚਹਿਰੀ ਤੱਕ ਜਾਂ ਸ਼ਾਦੀ ਰਬ ਦੀਆਂ ਰੱਖਾਂ ਜਾਂ ਦਾਰਾ ਸਿੰਘ ਦੀ ਦਾਰਾ ਸਿੰਘ ਦੀ ਰਬ ਦੀਆਂ ਰੱਖਾਂ ਸ਼ਾਦੀ ਫਿਲਮ ਸੀ ਵੈਰੀ ਜੱਟ ਜੋਦੇ ਰਾਏ ਸਿੰਘ ਉਹਨਾਂ ਦੇ ਉਸ ਦੌਰ ਦੀਆਂ 15-20 ਫਿਲਮਾਂ ਜਿਹੜੀਆਂ ਸਾਡੇ ਸੱਜਣਾ ਮਿੱਤਰਾਂ ਨੇ ਬਣਾਈ ਉਹਨਾਂ ਦਾ ਸਾਰਾ ਦਾ ਗੀਤ ਸੰਗੀਤ ਦਾ ਇੰਚਾਰਜ ਮੈਨੂੰ ਬਣਾ ਦਿੱਤਾ ਜਾਂਦਾ ਸੀ ਵੀ ਇਹਦੇ ਵਿੱਚ ਕੀ ਤੋਂ ਗਾਉਣਾ ਕੀ ਗਵਾਉਣਾ ਹੁਣ ਉਹਦੇ ਵਿੱਚ ਮੈਂ ਦੇਵਤਰੀ ਕੇਲ ਤੋਂ ਕੀ ਲਖਾਇਆ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਛਿੰਦੇ ਦੀ ਆਵਾਜ਼ ਕਰਾਇਆ ਹਾਲਾਂਕਿ ਜਿਹੜੇ ਪ੍ਰੋਡਿਊਸਰਸ ਲੋਕ ਸੀ ਉਹ ਵਿੱਚ ਕੁਝ ਚਾਹੁੰਦੇ ਸੀ ਮਾਨਕ ਤੋਂ ਗਾਇਆ ਜਾਵੇ ਲੇਕਿਨ ਛਿੰਦੇ ਨੇ ਮੇਰੀ ਜ਼ਿਆਦਾ ਬਣਦੀ ਸੀਗੀ ਤੇ ਉਹ ਅਸੀਂ ਕੀ ਹੋਇਆ ਵੀ ਉਹ ਆਪਣਾ ਉਹ ਐਸਾ ਕਲਿਆਣੀ ਸਟੂਡੀਓ ਚ ਰਿਕਾਰਡਿੰਗ ਕੀਤੀ। ਉੱਥੇ ਦੀ ਰਿਕਾਰਡਿੰਗ ਦੇ ਉੱਤੇ ਫਿਰ ਜਿਹੜਾ ਸੀ ਨਾਲ ਕੋਰਸ ਬੋਲਣ ਵਾਸਤੇ ਵੀ ਲਿਜਾਣੇ ਸੀਗੇ। ਉਹ ਮੇਰੇ ਕੋਲ ਇੱਕ ਗਰੁੱਪ ਫੋਟੋ ਵੀ ਆ ਇੱਕ ਵੀ ਜਿਹਦੇ ਚ ਜ਼ਾਹਿਰ ਅਹਿਮਦ ਖੜਾ, ਨਰਿੰਦਰ ਬੀਬਾ ਖੜੀ ਆ, ਉਹਦੀ ਭੈਣ ਸਤਿੰਦਰ ਬੀਬਾ ਖੜੀ ਆ, ਗੁੱਗੂ ਦੇ ਦੋਨੇ ਵੱਡੇ ਭਰਾ ਰੁਪਿੰਦਰ ਤੇ ਦਵਿੰਦਰ। ਉਹ ਵੀ ਉਸ ਫੋਟੋ ਚ ਐ ਕੁਆਲਿਟੀ ਨਾਲ ਫਿਲਮ ਪ੍ਰੋਡਿਊਸਰ ਜਗਜੀਤ ਚੂੜਚਾ ਖੜਾ, ਛਿੰਦਾ ਤੇ ਮੈਂ ਖੜੇ ਆ ਇੱਕ ਪਾਸੇ ਤੇ। ਤੇ ਉਹ ਜਿਆਦਾ ਗਰੁੱਪ ਫੋਟੋ ਹੋ ਰਹੀ ਸੀ ਥਾਂ ਹੈ ਨਹੀਂ ਸੀ ਬੈਠਣ ਨੂੰ। ਫਿਰ ਇਹਨਾਂ ਤਿੰਨ ਜਣੇ ਨੂੰ ਮੂਰੇ ਬਿਠਾ ਲਿਆ ਗਿਆ ਫੋਟੋ ਦੇ ਵਿੱਚ ਫੋਟੋ ਦੇ ਵਿੱਚ ਤਿੰਨ ਜਣੇ ਮੂਰੇ ਬੈਠੇ ਆ ਇੱਕ ਹੈ ਕਪਾਲੀ ਦੇਤਵਾਲੀਆ ਇੱਕ ਹੈ ਕੁਲਦੀਪ 파ਰਸ ਤੇ ਵਿਚਕਾਰ ਬੈਠਾ ਅਮਰ ਸਿੰਘ ਚਮਕੀਲਾ ਜੀ ਤੇ ਉਹ ਮੈਂ ਫੋਟੋ ਕੋਈ ਸਜਣਾ ਦਿਖਾਈ ਉਹ ਕਹਿੰਦੇ ਵੀ ਫੇਸਬੁੱਕ ਤੇ ਫੋਟੋ ਪਾ ਦੇ ਵੀ ਚਮਕੀਲੇ ਦੇ ਜਿਹੜੇ ਸਾਰੇ ਹੈਗੇ ਫੈਨ ਫੈਨ ਤੇ ਉਹਨਾਂ ਲਈ ਬੜੀ ਕਰਿਓਸਟੀ ਵਾਲੀ ਗੱਲ ਹੋਊਗੀ ਇਹ ਫੋਟੋ ਤੇ ਇਸ ਤਰ੍ਹਾਂ ਉਹਦੇ ਮੈਂ ਪ੍ਰੋਗਰਾਮ ਵੀ ਬੜੇ ਦੇਖੇ ਕਦੇਦਰ ਹੋ ਜਾਂਦਾ ਸੀ ਗੁਣਾਚੋਰ ਰਾਜਾ ਸਾਹਿਬ ਵੱਲ ਕਦੇ ਨਕੋਦਰ ਵੱਲ ਤੇ ਹਿੱਤਰਾਂ ਤਰ੍ਹਾਂ ਦੀਆਂ ਗੱਲਾਂ ਹੁਣ ਜਿਹੜਾ ਉਹਦੀ ਅਸ਼ਲੀਲਤਾ ਤੇ ਵਲਗੈਰਿਟੀ ਆ ਉਹ ਤਾਂ ਬਹੁਤ ਜ਼ਿਆਦਾ ਰੌਲਾ ਪੈ ਗਿਆ ਇਹ ਗੱਲ ਫਿਰ ਚਰਚਾ ਵਿੱਚ ਆ ਗਈ ਉਦੋਂ ਪੂਰੀ ਲਹਿਰ ਚੱਲੀ ਹੋਈ ਸੀ ਮਹਿਮਸੀ ਬਈ ਅਸ਼ਲੀਲਤਾ ਦੇ ਖਿਲਾਫ ਜੀ ਹਾਲਾਂਕਿ ਕਰਤਾਰ ਰਮਲੇ ਦੇ ਗੀਤ ਵੀ ਇਦਾਂ ਦੇ ਸੀ ਹਰਚਰਨ ਗਰੇਵਾਲ ਦੇ ਵੀ ਇਦਾਂ ਦੇ ਸੀਗੇ ਬਹੁਤੇ ਸਿੰਗਰਾਂ ਦੇ ਗੀਤ ਇਦਾਂ ਦੇ ਸੀਗੇ ਲੇਕਿਨ ਉਹਨਾਂ ਦਾ ਜ਼ਿਆਦਾ ਜਿਹੜਾ ਸੀਗਾ ਰੌਲਾ ਹਾਈਲਾਈਟਡ ਜਿਆਦਾ ਸੀਗਾ ਚਮਕੀਲਾ ਹਾਂ ਚਮਕੀਲਾ ਜਿਆਦਾ ਰੜਕਣ ਲੱਗ ਗਿਆ ਲੋਕਾਂ ਦੇ ਵਿੱਚ ਫਿਰ ਉਹ ਸਟੇਜਾਂ ਦੇ ਉੱਤੇ ਵੀ ਜਿਹੜੀ ਖੁੱਲ ਲੱਲਨ ਸਾਮਤੌਰ ਤੇ ਹੁੰਦਾ ਸੀ ਉਹਦਾ ਬਈ ਪ੍ਰੋਗਰਾਮ ਬੋਕ ਕਰਨ ਵਾਲਿਆਂ ਨੂੰ ਕਹਿਣਾ ਵੀ ਪਿੰਡ ਤੋਂ ਜਰਾ ਇੱਕ ਦੂਰ ਖੜਾ ਲਾ ਲਿਓ ਕਮੀਜ਼ ਲਾ ਕੇ ਵੀ ਟੰਗ ਦੇਣਾ ਸਾਹਮਣੇ ਸਟੈਂਡ ਦੇ ਉੱਤੇ ਤੇ ਉਹੀ ਹੁਣ ਉਹ ਕਰਦਿਆਂ ਕਰਾਉਂਦੇ ਆ ਜਿਹੜਾ ਲੱਗਦਾ ਹਾਂ ਸੱਚ ਇਸੇ ਦੌਰਾਨ ਮੈਨੂੰ ਹੋਰ ਆਇਆ ਚੇਤਾ ਵੀ ਉਹਦੀ ਡੈਥ ਦੀ ਜਿਹੜੀ ਚਰਚਾ ਕੰਟਰੋਵਰਸੀ ਵੀ ਇਦਾਂ ਹੀ ਹੋਇਆ ਤੇ ਇੱਕ ਅਖਾੜਾ ਫਿਲਮ ਦੇ ਵਿੱਚ ਵੀ ਜਗਜੀਤ ਚੂੜ ਚੱਕ ਨੇ ਪਾਇਆ ਇੱਕ ਵਿੱਚ ਦਦਾਰ ਸੰਦੂਖ ਉਹਨਾਂ ਦਾ ਤੇ ਨੂਰੀ ਦਾ ਖੜਾ ਪਾਇਆ ਇੱਕ ਵਿੱਚ ਚਮਕੀਲੇ ਦਾ ਖੜਾ ਪਾਇਆ ਤੇ ਹਾਂ ਮੈਨੂੰ ਇੱਕ ਹੋਰ ਘਟਨਾ ਚ ਇੱਥੇ ਆਈ ਅਸੀਂ ਬੰਬੇ ਜਾਂਦਾ ਰਹਿੰਦਾ ਸੀ ਮੈਂ ਉੱਥੇ ਇੱਕ ਫਿਲਮ ਦਾ ਕੋਈ ਨਵੀਂ ਫਿਲਮ ਸੀ ਕੰਨੀ ਕਿਹੜੇ ਸੀ ਯਾਰ ਪ੍ਰੋਡਿਊਸਰ ਉਹਨਾਂ ਦੀ ਫਿਲਮ ਦਾ ਨਵਾਂ ਨਵਾਂ 5 ਸਟਾਰ ਹੋਟਲ ਬਣਿਆ ਲੀਲਾ ਪੈਂਟਾ ਜੀ ਤੇ ਉੱਥੇ ਸਾਨੂੰ ਸੱਦ ਲਿਆ ਗਿਆ ਵੀ ਉਸ ਸਮਾਗਮ ਚਾਓ ਜੀ ਇਹ ਫਿਲਮ ਅਨਾਉਂਸ ਹੋਣੀ ਹੈ ਤੇ ਆ ਸਮਾਗਮ ਜਿਆ ਅਸੀਂ ਉੱਥੇ ਪਹਿਲਾਂ ਹੀ ਚਲੇ ਗਏ ਜਗਜੀਤ ਚੁੱਟ ਜਕੜ ਵੱਡੀ ਤਾਂ ਹੈ ਨਹੀਂ ਸੀ ਕਿ ਅਸੀਂ ਉੱਥੇ ਥ੍ਰੀ ਵੀਲਰ ਕਰਦੇ ਸੀ ਆ ਬੱਸਾਂ ਚ ਜਾਂ ਟ੍ਰੇਨ ਚ ਅਸੀਂ ਥ੍ਰੀ ਵੀਲਰ ਕਰਕੇ ਸਾਧਰੀ ਪਹੁੰਚ ਗਏ ਸਮਾਗਮ ਚ ਜੇ ਦੇਰੀ ਸੀ ਸਾਨੂੰ ਚਾ ਸੀ ਵੀ ਉੱਥੇ ਐਕਟਰ ਲੋਕ ਇੰਨੇ ਆਉਣਗੇ ਐਕਟਰ ਪ੍ਰੋਡਿਊਸਰ ਦੇਖਾਂਗੇ ਉਹ ਜਦੋਂ ਲੀਲਾਪਿੰਡਰ ਚ ਅਸੀਂ ਐਂਟਰ ਕਰ ਗਏ ਤੇ ਉੱਥੇ ਗਾਂ ਦੁਕਾਨਾਂ ਸੀ ਸਾਡੇ ਲਈ ਹਰਨਿੰਦੀ ਵੀ ਹੋਟਲ ਦੇ ਵਿੱਚ ਯਾਰ ਦੁਕਾਨਾਂ ਹੁਣ ਅਸੀਂ ਉਹ ਟਾਈਮ ਪਾਸ ਕਰਨ ਲਈ ਅਸੀਂ ਡੇਢ ਘੰਟਾ ਪਹਿਲਾਂ ਪਹੁੰਚ ਗਏ ਸਹੀ ਤੇ ਉਹ ਅਸੀਂ ਦੁਕਾਨਾਂ ਜੀਆਂ ਇਹ ਦੇਖੀ ਜਾਈਏ ਤੇ ਇਦਾਂ ਖੜ ਕੇ ਤੇ ਹੁਣ ਦੁਕਾਨ ਤੇ ਬਹਾਨਾ ਤਾਂ ਕੋਈ ਬਣੇ ਨਾ ਖੜਨ ਦਾ ਤੇ ਐਂ ਦੇਖਦੇ ਨੇ ਦੇਖਦੇ ਜਿੱਥੇ ਇੱਕ ਕੈਸਟਰ ਪਈਆਂ ਸੀ ਨਾ ਉੱਥੇ ਅਸੀਂ ਰੁਕ ਗਏ ਤੇ ਅਸੀਂ ਇੱਕ ਦੂਜੇ ਨੂੰ ਕੋਣੀ ਜੀ ਮਾਰ ਕੇ ਕਿਹਾ ਵੀ ਹੁਣ ਅਸੀਂ ਮਾਈਕਲ ਜੈਕਸਨ ਦੀ ਵੀ ਨਹੀਂ ਸੀ ਖਰੀਦਣੀ ਗੁਰਦਾਸਵੰਦੀਆਂ ਇੱਕ ਦੋ ਕਸਟਮ ਪਈਆਂ ਸੀਗੀਆਂ ਬਾਕੀ ਜਗਜੀਤ ਚਿਤਰਾ ਸਿੰਘ ਗੁਲਾਮ ਅਲੀ ਇਹਨਾਂ ਦੀ ਪਈਆਂ ਸੀ ਅਸੀਂ ਇਹ ਆਪਦੇ ਜਣੇ ਮਤਲਬ ਕੀਤੀ ਚਲਾਕੀ ਪਰ ਸਾਨੂੰ ਭੁਗਤ ਨਹੀਂ ਪੈਗੀ ਤੇ ਉਹ ਕਹਿੰਦੇ ਹਾਂਜੀ ਅਸੀਂ ਕਿਹਾ ਚਮਕੀਲੇ ਦੀ ਕੈਸਟ ਚਾਹੀਦੀ ਹੈ ਸਦਨ ਦੀ ਜੀ ਹੈ ਨਹੀਂ ਉਹਰੇ ਥੱਲੇ ਆਏ ਦਰਾਜ ਖੋਲਿਆ ਹੁਣ ਚਮਕੀਲੇ ਦੀਆਂ ਦੋ ਤਿੰਨ ਕਸਟਮ ਉੱਤੇ ਧਰਪ ਨੇ ਅੱਛਾ ਹੁਣ ਸਾਨੂੰ ਤਾਂ ਅਸੀਂ ਵੀ ਉਹ ਕਹੂਗਾ ਜੀ ਉਹ ਤਾਂ ਹੈ ਨਹੀਂ ਕੌਣ ਕਿਹੜਾ ਸਿੰਗਰ ਕੌਣ ਜੀ ਉਹਨਾਂ ਦਾ ਹੁੰਦੇ ਦੋ ਦੰਦ ਭਰਦੇ ਫਿਰ ਸਾਨੂੰ ਮੰਨ ਲਓ ਮੰਲੀ ਇੱਕ ਕੈਸਟ ਖਰੀਦਣੀ ਪਈ ਫਿਰ ਅਸੀਂ ਜਿੱਥੇ ਕਿਤੇ ਕਿਤੇ ਕੋਈ ਗੱਲ ਚੱਲਦੀ ਹੁੰਦੀ ਸੀ ਇਦਾਂ ਦੀ ਕੋਈ ਜਲ ਨਹੀਂ ਨਾ ਇੱਕ ਦੂਜੇ ਨੂੰ ਕਹਿਣਾ ਦੇਖ ਲੈ ਦੇਖ ਕੇ ਜਰਾ ਦੇਖ ਕੇ ਆਰਡਰ ਕਰੀ ਚਮਕੀਲੇ ਦੀ ਕੈਸਟ ਵਾਲੀ ਨਾ ਹੋਵੇ ਆਪਣੇ ਨਾਲ ਮੁੜ ਕੇ ਕਰਨੀ ਨਹੀਂ ਪੈ ਜੇ ਮਤਲਬ ਕਿ ਦੇਖ ਲਓ ਉਹ ਨਾ ਟਾਈਮਾਂ ਦੇ ਵਿੱਚ ਇੰਨੀ ਦੂਰ ਤੱਕ ਉਹਨਾਂ ਦੀ ਪ੍ਰਸਿੱਧੀ ਸੀਗੀ ਹੈ ਨਹੀਂ ਹਾਂ ਐਜ਼ ਅ ਮੈਨ ਉਹ ਬਹੁਤ ਬਿੱਬਾ ਬੰਦਾ ਸੀ ਸ਼ਰੀਫ ਬੰਦਾ ਸੀ ਜੀ ਸੁਭਾਣ ਨੂੰ ਲੈ ਕੇ ਮੈਂ ਹੁਣ ਅਗਲਾ ਗੱਲ ਜਿਹੜੀ ਕਰਨੀ ਸੀਗੀ ਕਿ ਕਿਉਂਕਿ ਤੁਸੀਂ ਵਿਚਰੇ ਹੋ ਹੈਨਾ ਤੇ ਕਿਤੇ ਕਿਤੇ ਸੁਭਾਅ ਦੇ ਵਿੱਚ ਜਿੰਨੀਆਂ ਤੁਸੀਂ ਗੱਲਾਂ ਕਰੀਆਂ ਕਿਤੇ ਕਿਤੇ ਅੜਬਾਈ ਵੀ ਕਿਤੇ ਨਾ ਕਿਤੇ ਮਤਲਬ ਕਿ ਉਹਨਾਂ ਦੇ ਸ਼ੋਅ ਹੁੰਦੀ ਹੈ ਜਿਵੇਂ ਤੁਸੀਂ ਗੱਲਾਂ ਦੱਸੀਆਂ ਹੈ ਨਾ ਕਿ ਜਦੋਂ ਤੁਸੀਂ ਉਹਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਪਲਟ ਕੇ ਕਿਹਾ ਕਿ ਦੇਵ ਤਰੀਕੇ ਵਾਲਿਆਂ ਨੂੰ ਮੰਨਿਆ ਨੇ ਹੈ ਨਾ ਕਿ ਗੀਤਕਾਰ ਨਹੀਂ ਆਏ ਜਸਵੰਤ ਸਿੰਘ ਦੀ ਲਾਜੀ ਨੂੰ ਕਹਤਾ ਕਿ ਮਤਲਬ ਕਿ ਜੂਨੀਅਰ ਹੈ ਸੋ ਕਿਤਨਾ ਕਿਤੇ ਮਤਲਬ ਕਿ ਇਮੇਚਿਉਰਿਟੀ ਵੀ ਕਹਿ ਸਕਦੇ ਆ ਜਾਂ ਕਹਿ ਲੋ ਕਿ ਅੜਬਪਣ ਜਾਂ ਆਪਣੇ ਆਪ ਨੂੰ ਹੀ ਸਹੀ ਕਹਿਣਾ ਸੋ ਸੁਭਾਅ ਕਿਦਾਂ ਦਾ ਸੀਗਾ ਅਸਲ ਦੇ ਵਿੱਚ ਸਿੱਧਾ ਸਾਦਾ ਸੀ ਬਹੁਤ ਜੋਸਤ ਜਿਹਾਕ ਨਹੀਂ ਸੀ ਨਾ ਹੀ ਉਹਦੇ 'ਚ ਕੋਈ ਏਡੀ ਹੋਮੇ ਹੋਮੇ ਜੀ ਸੀਗੀ ਉਹ ਉਹਦੇ ਮੂੰਹ ਤੇ ਗੱਲ ਕਰਦੇ ਵੀਰੇ 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 ਇਹ ਕਹਿੰਦਾ ਰਹਿੰਦਾ ਸੀਗਾ ਤੇ ਮਿੱਠ ਬੋਲਦਾ ਸੀ ਤੁਸੀਂ ਉਹਦੇ ਸਟੇਜ ਪ੍ਰੋਗਰਾਮਾਂ 'ਚ ਦੇਖੋ ਉਹ ਬੋਤ ਮਤਲਬ ਕੋਈ ਉੱਚਾ ਨਹੀਂ ਮਾਨੀ ਬੋਲਦਾ ਕੋਈ ਆਕੜ ਨਹੀਂ ਦਿਖਾਉਂਦਾ ਹੂੰ ਤੇ ਨਰਮ ਸੁਭਾਅ ਦਾ ਸੀ ਸਾਦਾ ਸੀ ਉਹਦੀ ਜਿਹੜੀ ਡਰੈੱਸ ਵੀ ਆ ਕਈ ਤਾਂ ਬਹੁਤ ਲਿਸ਼ਕ ਮੇ ਚਮਕ ਮੇ ਕੱਪੜੇ ਪਾਉਂਦੇ ਆ ਜਾਂ ਹੋਰ ਰਿਸ਼ਕ ਪੁਸ਼ਕ ਉਹਦੀ ਸਿੰਪਲ ਜੀ ਉਹਦਾ ਕੁਰਤਾ ਚਾਦਰਾ ਜਿਆ ਹੁੰਦਾ ਸੀਗਾ ਤੇ ਉਦੋਂ ਵੀ ਤੇ ਉਦੋਂ ਬਾਅਦ ਵੀ ਮੈਂ ਉਹਦੇ ਜਿਹੜੇ ਦੇਖੇ ਆ ਨਾ ਆਪਣਾ ਤੁੰਬੀ ਦਾ ਬਹੁਤ ਮਾਹਰ ਸੀ ਲਿਖਤਾਂ ਵਿੱਚ ਵੀ ਕਮਾਲ ਸੀ ਗਾਉਣ ਵਿੱਚ ਵੀ ਕਮਾਲ ਸੀਗਾ ਚਲੋ ਸਟੇਜ ਦੇ ਉੱਤੇ ਬਹੁਤ ਉਹਦਾ ਪੜ੍ਹਾਈ ਘੱਟ ਕੀਤੀ ਹੋਈ ਸੀ ਜੇ ਅਸੀਂ ਗੱਲ ਕਰੀਏ ਆ ਪੜੇ ਹੋਏ ਸੀ ਪੜ੍ਹਾਈ ਥੋੜੀ ਸੀ ਮੈਂ ਇਹ ਤਾਂ ਨਹੀਂ ਮੈਨੂੰ ਪਤਾ ਵੀ ਕਿੰਨੀਆਂ ਜਮਾਤਾਂ ਸੀ ਉਹਦਾ ਵੋਡਲਰ ਨਾਂ ਤਾਂ ਨੀਰਾਮ ਸੀ ਜੀ ਬਹੁਤ ਗਰੀ ਪਰਿਵਾਰ ਦੇ ਵਿੱਚੋਂ ਮੁੰਡਾ ਉੱਠਿਆ ਸੀਗਾ ਜੀ ਮਿਹਨਤੀ ਬਹੁਤ ਸੀ ਕਿਉਂਕਿ ਜੇ ਆਪਾਂ ਗੱਲ ਕਰੀ ਪਿੱਛੇ ਜੇ ਫਿਲਮ ਵੀ ਆਈ ਸੀ ਹੈ ਨਾ ਜੋੜੀ ਜਿਹਨੂੰ ਕਿ ਇਨਡਾਇਰੈਕਟਲੀ ਕਿਹਾ ਗਿਆ ਸੀਗਾ ਫਿਲਮ ਦੇ ਵਿੱਚ ਖੈਰ ਨਾਮ ਤਾਂ ਆਰਟਿਸਟ ਦਾ ਕੁਝ ਹੋਰ ਲਿਖਾਇਆ ਗਿਆ ਸੀ ਹਾਂ ਉਹਨਾਂ ਦੀ ਜ਼ਿੰਦਗੀ ਦੇ ਆਧਾਰਿਤ ਹੈ ਤੇ ਹੁਣ ਇੱਕ ਅੱਗੇ ਵੀ ਆਉਣ ਵਾਲੀ ਫਿਊਚਰ ਦੇ ਵਿੱਚ ਵੀ ਹੈ ਨਾ ਉਹਦਾ ਟਾਈਟਲ ਹੀ ਚਮਕੀਲਾ ਫਿਲਮ ਦਾ ਕਿਉਂਕਿ ਉਹਦੇ ਵਿੱਚ ਜੋ ਚਮਕੀਲੀ ਦੀ ਸਾਈਡ ਦਿਖਾਈ ਹੋਈ ਹੈ ਜਾਂ ਉਹਨਾਂ ਦਾ ਲਾਈਫ ਦਾ ਫੇਸ ਦਿਖਾਇਆ ਹੋਇਆ ਆ ਲੋਕਾਂ ਨੂੰ ਹੁਣ ਉਹ ਗੱਲਾਂ ਹੀ ਮਾਈਂਡ ਦੇ ਵਿੱਚ ਅਪੀਆਂ ਹੋਈਆਂ ਹਨਾ ਕਿ ਚਮਕੀਲਾ ਇਦਾਂ ਦਾ ਸੀ ਉਹਦਾਂ ਦਾ ਤੁਸੀਂ ਨੇੜਿਓਂ ਦੇਖਿਆ ਹੋਇਆ ਸਾਰਾ ਕੁਝ ਸੋ ਤੁਸੀਂ ਫਿਲਮ ਦੇਖੀ ਹੋਈ ਆ ਉਹ ਜਾਂ ਮਤਲਬ ਕਿ ਨਹੀਂ ਮੈਂ ਫਿਲਮ ਨਹੀਂ ਦੇਖੀ ਅੱਛਾ ਈ ਹਾਂ ਵਿੱਚੇ ਰਹਿ ਗਈ ਸੀ ਪੂਰੀ ਦੇਖ ਨਹੀਂ ਸਕਿਆ ਜੀ ਬਾਕੀ ਇਹ ਜਿਹੜਾ ਹੁੰਦਾ ਫਿਲਮ ਵਾਲਾ ਮਾਮਲਾ ਹੋ ਜਿਹਨੇ ਗਦਰ ਸੀ ਪਹਿਲਾਂ ਬਣੀ ਹੁਣ ਉਹ ਫਿਲਮੀ ਸਟਾਈਲ ਦੇ ਵਿੱਚ ਤਾਂ ਕੁਝ ਨਾ ਕੁਝ ਕਹਾਣੀ 'ਚ ਤਬਦੀਲੀਆਂ ਕਰਨੀਆਂ ਬਿਲਕੁਲ ਉਹ 'ਤੇ ਜਿਹੜਾ ਫੌਜੀ ਅਫਸਰ ਪਹਿਲੀ ਗਦਰ 'ਚ ਜਿਹੜਾ ਮਰਿਆ ਦਿਖਾਇਆ ਸੀ ਉਹ ਚੰਡੀਗੜ੍ਹ ਦੇ ਉਹ ਕਹਿੰਦਾ ਮੈਂ ਤਾਂ ਜਿਉਣਾ ਇਸੀ ਤਰ੍ਹਾਂ ਸ਼ਿਵ ਕੁਮਾਰ ਤੇ ਬਣਨ ਲੱਗੀ ਸੀਗੀ ਉਹ ਫਿਰ ਵਿੱਚ ਰੁਕ ਗਈ ਸੋ ਉਹ ਹੂਬ ਹੂ ਜਿਹੜਾ ਜ਼ਿੰਦਗੀ ਦੇ ਉੱਤੇ ਹੈ ਕਿਸੇ ਦੀ ਜ਼ਿੰਦਗੀ ਤੇ ਜੇ ਹੂਬ ਹੂ ਬਣਾਈ ਜਾਊਗੀ ਤਾਂ ਉਹ ਤਾਂ ਫਿਲਮ ਫਿਲਮ ਦਾ ਰੂਪ ਹੀ ਨਹੀਂ ਬਣਨਾ ਜੀ ਰੀਅਲ ਉਹ ਰੀਅਲ ਲਾਈਫ 'ਚ ਫਰਕ ਤਾਂ ਹੁੰਦਾ ਹੀ ਹੈ ਬੇਸਿਕਲੀ ਉਹ ਤਾਂ ਉਹ ਤਾਂ ਸਕ੍ਰਿਪਟ ਸਕਰੀਨ 'ਤੇ ਘਾਟੇ ਵਾਦੇ ਤਾਂ ਕਰਨੇ ਹੀ ਪੈਣੇ ਤੇ ਫਿਰ ਅਮਰਜੋਤ ਕੋਰਜੀ ਦੇ ਨਾਲ ਉਹਨਾਂ ਦੀ ਜੋੜੀ ਜਿਹੜੀ ਹੈਗੀ ਉਹ ਕਿੱਦਾਂ ਬਣੀ ਕਿਉਂਕਿ ਪਹਿਲਾਂ ਉਹ ਸੋਨੀਆ ਜੀ ਨਾਲ ਹੈ ਨਾ ਗਾਉਂਦੇ ਸੀ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜੋੜੀ ਉਹ ਕਿੱਦਾਂ ਬਣੀ ਇਹ ਪਹਿਲਾ ਲੜਕੀ ਮਾਨਕ ਨਾਲ ਵੀ ਕੁਸ਼ ਚ ਰਗਾਉਂਦੀ ਰਹੀ ਐ। ਅੱਛਾ ਜੀ। ਉਹ ਤੇ ਲੁਧਿਆਣੇ ਦੀ ਪਰੰਪਰਾ ਹੀ ਇਹ ਸੀਗਾ। ਜੋੜੀਆਂ ਬਣਦੀਆਂ ਰਹਿੰਦੀਆਂ ਸੀ, ਟੁੱਟਦੀਆਂ ਰਹਿੰਦੀਆਂ ਸੀ, ਬਣਦੀਆਂ ਰਹਿੰਦੀਆਂ ਸੀ, ਟੁੱਟਦੀਆਂ ਰਹਿੰਦੀਆਂ ਸੀ। ਜੋ ਕਰਨੈਲ ਗੱਲਾ, ਦਦਾਰ ਸੰਧੂ ਉਹ ਮਾਨਕਾ ਚੰਦਾ, ਪਰਮਿੰਦਰ ਸੰਧੂ ਨੇ ਮਾਨਕ ਨਾਲ ਵੀ ਗਾਇਆ। ਦਦਾਰ ਨਾਲ ਵੀ ਗਾਇਆ। ਛਿੰਦੇ ਨਾਲ ਵੀ ਗਾਇਆ। ਇਸ ਤਰ੍ਹਾਂ ਸਿਰਿੰਦਰ ਸੋਨੀਆਂ ਨੇ ਵੀ ਅਲੱਗ-ਅਲੱਗ ਸਿੰਗਰਾਂ ਨਾਲ ਗਾਉਂਦੇ ਰਹੇ ਐ। ਫਿਰ ਕਿਉਂਕਿ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਤੇ ਉਹ ਜਿਹੜੇ ਦੇ ਪੁਰਾਣੇ ਸਾਥੀ ਆ। ਅਨ ਜਿੰਨਾ ਚੋ ਮੁੰਡਾ ਢੋਲਕ ਮਾਸਟਰ ਆ ਜਿਹਦੀ YouTube ਦੇ ਉੱਤੇ ਵੀ ਪਈਆਂ ਹੋਈਆਂ ਉਹ ਦੱਸਦੇ ਵੀ ਉਹ ਵਿਚੋਲਾ ਉਹ ਸੀਗਾ ਉਹਨੇ ਇਹਨਾਂ ਤੱਕ ਕਰਾਇਆ ਨੇੜਤਾ ਕਰਾਈ ਤੇ ਫਿਰ ਜਦੋਂ ਵਿਆਹ ਹੀ ਹੋ ਗਿਆ ਫਿਰ ਤਾਂ ਇਕੱਠਿਆਂ ਗਾਉਣਾ ਹੀ ਗਾਉਣਾ ਸੀਗਾ ਸੋ ਉਹ ਜਿਹੜਾ ਹੈ ਨਾ ਵੀ ਪੰਜਾਬੀ ਗਾਇਕੀ ਦੇ ਵਿੱਚ ਅਮਰ ਸਿੰਘ ਚਮਕੀਲਾ ਵੱਡਾ ਮੀਲ ਪੱਥਰ ਤਾਂ ਹੈ ਲੇਕਿਨ ਇਹ ਵੀ ਹੈ ਕਿ ਨਾਲ ਦੀ ਨਾਲ ਮਤਲਬ ਉਹਦੇ ਮੈਟਰ ਬਾਰੇ ਜਿਹੜੀ ਆ ਉਹ ਦੋ ਰਾਵਾਂ ਚੱਲਦੀਆਂ ਆਈਆਂ ਤੇ ਇਦਾਂ ਚਲਦੀਆਂ ਰਹਿਣਗੀਆਂ ਇਹ ਜੀ ਬਹੁਤ ਸਾਰੀਆਂ ਮਿਥ ਜਿਹੜੀਆਂ ਹੈਗੀਆਂ ਉਹ ਬਣੀਆਂ ਰਹਿੰਦੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਕਿਉਂਕਿ ਅੱਜ ਕੱਲ ਜਿਵੇਂ YouTube ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਜੋ ਲੋਕ ਦੇਖਦੇ ਨੇ ਬਸ ਉਹੀ ਸਮਝ ਲੈਂਦੇ ਨੇ ਕਿ ਆਹ ਚੀਜ਼ ਸੱਚ ਹੈ ਆ ਮਤਲਬ ਕਿ ਹੁਣ ਬਹੁਤ ਥੋੜਿਆਂ ਨੂੰ ਪਤਾ ਬਹੁਤਿਆਂ ਨੂੰ ਨਹੀਂ ਪਤਾ ਲੇਕਿਨ ਬਹੁਤ ਥੋੜੇ ਲੋਕਾਂ ਨੂੰ ਪਤਾ ਉਹਦੇ ਕਈ ਹੱਟ ਗੀਤ ਉਹਦੇ ਲਿਖੇ ਹੋਏ ਨਹੀਂ ਸੀ ਹੁਣ ਜਿਵੇਂ ਦੇਖੋ ਨਾ ਜਿਹੜਾ ਬਹੁਤ ਮਸ਼ਹੂਰ ਗੀਤ ਹੈ ਧਾਰਮਿਕ ਉਹਦਾ ਵੇ ਸਾਤੋਂ ਬਾਬਾ ਕੋਲੀਆ ਤੇ ਰੰਗਣਾ ਕਾਣਾ ਜੀ ਇਹ ਗੀਤ ਆਮ ਬਹੁਤਿਆਂ ਨੂੰ ਵੀ ਭੁਲੇਖਾ ਵੀ ਉਹਦਾ ਚਮਕੀਲੇ ਨੇ ਲਿਖਿਆ ਇਹਦਾ ਲੇਖਕ ਤਾਂ ਸਵਰਨ ਸਿੰਘ ਵੀ ਅਸੀਂ ਜੀ ਸਵਰਨ ਸਿੰਘ ਵੀ ਇਹਦੇ ਹੋਰ ਵੀ ਉਹਨੇ ਕਾਫੀ ਗੀਤ ਗਾਏ ਇਸੇ ਤਰ੍ਹਾਂ ਇੱਕ ਹੋਰ ਜਿਹਦਾ ਉਹਦਾ ਮਸ਼ਹੂਰ ਧਰਮ ਗੀਤ ਹੋਇਆ ਤਲਵਾਰ ਮੈਂ ਕਲਗੀ ਧਰਦੀ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਇਹ ਵੀ ਨਾ ਤਾਂ ਸਿਵੀਏ ਦਾ ਸੀ ਨਾ ਚਮਕੀਲੇ ਦਾ ਸੀ ਇਹ ਸਨਮੁਖ ਸਿੰਘ ਜਾਦ ਹੁੰਦਾ ਸੀ ਇੱਕ ਰਾਈਟਰ ਭੰਗੜਾ ਭੰਗੜਾ ਦਾ ਮਾਹਰ ਵੀ ਸੀ ਕਮੇਡੀਅਨ ਵੀ ਸੀ ਰਾਈਟਰ ਵੀ ਅੱਛਾ ਸੀਗਾ ਉਹਦਾ ਨਿਕਨੇਮ ਮੁੱਖਾ ਮੁੱਖਾ ਕਹਿੰਦੇ ਸੀ ਇਹ ਮੁੱਖੇ ਦਾ ਲਿਖਿਆ ਹੋਇਆ ਗੀਤ ਸੀ ਤੇ ਸੰਤੂ ਸਾਹਿਬ ਜਿਵੇਂ ਹੁਣ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਬਹੁਤ ਘੱਟ ਲੋਕ ਜਿਹੜੀ ਖੁੱਲ੍ਹ ਕੇ ਇਸ ਤਰੀਕੇ ਨਾਲ ਗੱਲਬਾਤ ਕਰਦੇ ਹਨਾ ਚਮਕੀਲਾ ਜੀ ਦੇ ਬਾਰੇ ਉਹਨਾਂ ਦੀ ਲਾਈਫ ਦੇ ਬਾਰੇ ਤੇ ਉਦੋਂ ਦੇ ਜਿਹੜੇ ਸਿੰਗਰਸ ਜਿਹੜੇ ਇਹਨਾਂ ਦੇ ਮਤਲਬ ਕਿ ਮੇਟਸ ਸੀਗੇ ਤੇ ਸਮਕਾਲੀ ਕਹਿ ਸਕਦੇ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਤੇ ਉਹਨਾਂ ਦਾ ਮਾਹੌਲ ਔਰ ਚਮਕੀਲਾ ਜੀ ਦੇ ਵਿਚਾਰ ਮਾਹੌਲ ਕਿਵੇਂ ਦਾ ਸੀਗਾ ਤੇ ਜਿਹੜੀ ਦਹਿਸ਼ਤ ਲੋਕਾਂ ਦੇ ਵਿੱਚ ਫੈਲੀ ਹੋਈ ਸੀਗੀ ਉਸ ਟਾਈਮ ਦੇ ਆਪਰ ਟਾਈਮ ਦੀ ਗੱਲ ਕਰ ਲਈਏ ਤੇ ਉਹ ਕਿੰਨੀ ਕੁ ਸੱਚੀ ਸੀਗੀ ਕੀ ਮਤਲਬ ਕਿ ਉਸ ਗੱਲ ਬਾਰੇ ਮੈਂ ਕਹਿੰਨਾ ਥੋੜਾ ਬੋਤਾ ਜ਼ਿਕਰ ਕਰ ਲੀਏ ਨਹੀਂ ਇਹਨਾਂ ਦਾ ਆਪਸ ਵਿੱਚ ਤਾਂ ਇਹਨਾਂ ਦਾ ਬਹੁਤ ਮੇਲ ਜੋਲ ਸੀ ਦਾਦਾਰ ਸੰਧੂ ਤੇ ਚਮਕੀਲੇ ਦਾ ਵੀ ਪਿਆਰ ਸੀਗਾ ਆਪਸ ਵਿੱਚ ਸੰਦੀਲਾ ਜਿਹੜੇ ਹੋਰ ਆਪ ਪੋਲੀ ਹੁਣੀ ਆ ਰਵਲੇ ਹੁਣੀ ਆ ਕੁਲਦੀਪ ਪਰਸੁਣੀ ਆ ਇਹਨਾਂ ਦਾ ਬੜਾ ਭਾਈਚਾਰਾ ਸੀ ਆਪਸ ਵਿੱਚ ਗਾ ਇੱਥੋਂ ਤੱਕ ਹੋ ਗਿਆ ਸੀ ਵੀ ਦੇਖੋ ਨਾ ਸਰੇਂਦਰ ਚੰਦੇ ਦਾ ਸ਼ਿਕਰ ਤੇ ਚਮਕੀਲਾ ਹੋ ਗਿਆ ਗੱਜ ਚਮਕੀਲੇ ਦਾ ਸ਼ਿਕਰ ਦਰ ਰਣਜੀਤ ਬਣੀ ਰਣਜੀਤ ਬਣੀ ਵੀ ਜਦ ਤੱਕ ਉੱਠ ਖੜਿਆ ਸੀਗਾ ਤੇ ਆਪਸ ਵਿੱਚ ਇਹਨਾਂ ਦਾ ਮੇਲਜੋਲ ਦਿਨ ਸੋਦ ਦੇ ਉੱਤੇ ਦੁੱਖ ਸੁੱਖ ਚ ਇੱਕ ਦੂਜੇ ਨਾਲ ਬਹੁਤ ਇਹਨਾਂ ਦਾ ਮੈਂ ਮੇਲਜੋਲ ਦੇਖਦਾ ਹੀ ਰਿਹਾ ਜੀ ਤੇ ਕੋਈ ਐਸੀ ਯਾਦ ਕਿਸੇ ਪ੍ਰੋਗਰਾਮ ਤੇ ਦੇਖਿਆ ਹੋਵੇ ਜਾਂ ਕੋਈ ਆਪਸ ਚ ਬੈਠ ਕੇ ਗੱਲਬਾਤ ਕਰਦੇ ਹੋ ਕੋਈ ਐਸੀ ਗੱਲਬਾਤ ਜਿਹੜੀ ਕਹੀ ਹੋਵੇ ਇਹਨਾਂ ਨੇ ਜਿਹੜੀ ਅੱਜ ਵੀ ਯਾਦ ਹੋਵੇ ਜਾਂ ਤੁਸੀਂ ਇਹਨਾਂ ਨੂੰ ਕਹੀ ਹੋਵੇ ਉਹ ਮੰਨ ਲਈ ਹੋਵੇ ਕੋਈ ਐਸੀ ਕੋਈ ਗੱਲ ਯਾਦ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਮੋਹਨ ਸਿੰਘ ਮੇਲੇ ਚ ਇੱਕ ਵਾਰ ਮੋਹਨ ਸਿੰਘ ਮੇਲਾ ਆਪਣੇ ਵਿੱਚ ਬੜਾ ਬੈਰੋਮੀਟਰ ਸੀ ਜੀ ਉੱਥੇ ਜੇ ਸਿੰਗਰ ਚੱਲ ਗਿਆ ਤਾਂ ਸਾਰੇ ਪੰਜਾਬ ਚ ਚੱਲ ਗਿਆ ਉੱਥੇ ਜੇ ਫੇਲ ਹੋ ਗਏ ਤਾਂ ਸਾਰੇ ਪੰਜਾਬ ਚ ਫੇਲ ਹੋ ਗਿਆ ਇਹ ਕਰਿਆ ਬਿਲਕੁਲ ਪ੍ਰੋਫੈਸਰ ਮੋਹਨ ਸਿੰਘ ਮੇਲਾ ਉੱਥੇ ਹੁਣ ਸਟੇਜ ਦੇ ਉੱਤੇ ਨਰਿੰਦਰ ਵੀ ਬਾਵੀਆ ਜਮਲਾ ਜੱਟ ਵੀ ਆ ਮੁਹੰਮਦ ਸਦੀਕ ਵੀ ਆ ਦਦਾਰ ਸੰਧੂ ਕਰਨੈਲ ਗੱਲ ਹੋਣੀ ਬਹੁਤ ਸਿੰਗਰ ਗੁਲਸ਼ਨ ਕੁਮਰ ਹੋਣੀ ਬੈਠੇ ਆ ਉੱਥੇ ਉਸ ਮੇਲੇ ਦੇ ਵਿੱਚ ਦੋ ਸਿੰਗਰ ਉੱਭਰੇ ਇੱਕ ਤਾਂ ਉੱਭਰਿਆ ਫਕੀਰ ਚੰਦ ਪਤੰਗਾ ਜੀ ਉਹਦਾ ਗੀਤ ਉੱਥੇ ਜਿਹੜਾ ਵਰਿਆ ਨਾ ਉਹ ਗੀਤ ਸੀਗਾ ਵੀ ਆਲੇ ਛੱਲਾ ਆਲੇ ਕਰ ਲੈ ਮੋੜ ਮੜਾਈਆਂ ਵੀ ਨਹੀਂ ਨਿਭੜੀ ਦਿਲਦਾਰਾ ਮਤਲਬ ਫੈਲ ਗਿਆ ਸੀ ਫਕੀਰ ਚੰਦ ਪਤੰਗਾ ਥੋੜਿਆਂ ਨੂੰ ਪਤਾ ਸੀਗਾ ਤੇ ਮੇਲੇ ਦੀ ਉਹ ਪਲੱਸ ਪੁਆਇੰਟ ਬਣਿਆ ਜੀ ਦੂਜਾ ਜਦੋਂ ਚਮਕੀਲੇ ਨੇ ਉੱਥੇ ਧਾਰਮਿਕ ਗੀਤ ਗਾਇਆ ਤਾਂ ਲੋਕਾਂ ਨੇ ਇੰਨਾ ਜ਼ਿਆਦਾ ਰਿਸਪੌਂਸ ਦਿੱਤਾ ਹੁਣ ਕਰ ਦਿੱਤਾ ਮੁਹੰਮਦ صدیق ਦਵਾ ਦਾ ਉੱਠਿਆ ਇਹ ਵੀਡੀਓ ਵੀ YouTube ਤੇ ਵੀ ਪਈ ਹੋਈ ਹੈ ਮੁਹੰਮਦ صدیق ਨੇ ਉੱਠ ਕੇ ਜਾ ਕੇ ਮਾਈਕ ਤੇ ਕਿਹਾ ਵੀ ਲੋਕੋ ਆ ਆ ਜਿਹੜੀ ਆ ਘੜੀ ਆ ਮੈਨੂੰ ਇਹ ਦੱਸ ਰਹੀ ਹੈ ਬਈ ਦੇਖੋ ਵੀ ਜੇ ਤੁਸੀਂ ਜਿਹੜਾ ਬੰਦਾ ਡਬਲ ਮੀਨਿੰਗ ਵਾਲੇ ਗੀਤਾਂ ਦੇ ਕਰਕੇ ਜਿਹਦੀ ਬਦਨਾਮੀ ਹੋ ਰਹੀ ਆ ਉਹਨੇ ਧਾਰਮਿਕ ਗੀਤ ਗਾਇਆ ਤੇ ਜੇ ਉਹਦੇ ਧਾਰਮਿਕ ਗੀਤ ਨੂੰ ਤੁਸੀਂ ਇੰਨਾ ਹੰਗਾਰਾ ਭਰਿਆ ਤਾਂ ਫਿਰ ਸਿੰਗਰਾਂ ਦੀ ਕੀ ਮਜਾ ਲਾ ਕਿ ਉਹ ਮਾੜਾ ਗਾ ਜਾਣ ਜੇ ਤੁਸੀਂ ਤੁਹਾਡਾ ਹੰਗਾਰਾ ਇਦਾਂ ਦਾ ਚਾਹੀਦਾ ਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਚਮਕੀਲੇ ਨੂੰ ਤੁਸੀਂ ਪਸੰਦ ਕਰ ਰਹੇ ਹੋ ਤੇ ਚਮਕੀਲੇ ਦੇ ਧਾਰਮਿਕ ਗੀਤ ਨੂੰ ਪਸੰਦ ਕੀਤਾ ਜਾਵੇ। ਇਹ ਮਹੌਨ ਸਿੰਘ ਮੇਲੇ ਦਾ ਇੱਕ ਡਾਕੂਮੈਂਟ ਹੈ। ਜੀ ਤੇ ਜਿਵੇਂ ਆਪਾਂ ਦਹਾਸ਼ਾ ਦੀ ਗੱਲ ਕਰੀ ਸੀ ਬਾਕੀ ਸਿੰਗਰਜ਼ ਦੇ ਵੀ ਮਨ ਦੇ ਵਿੱਚ ਡਰ ਹੁੰਦਾ ਸੀਗਾ ਉਦੋਂ ਗਾਣ ਦੇ ਵਾਸਤੇ ਜਾਂ ਸਿਰਫ ਚਮਕੀਲਾ ਦੇ ਉੱਤੇ ਹੀ ਪ੍ਰੈਸ਼ਰ ਹੁੰਦਾ ਸੀਗਾ। ਨਹੀਂ ਆਪਣੇ ਗਰਚਰਨਪੋਲੀ ਪਮੀ ਹੋਣੀ ਉਦੋਂ ਹੀ ਛੱਡ ਕੇ ਅਮਰੀਕਾ ਗਏ ਜੇ। ਕੇ ਦੀਪ ਤੇ ਜਗਵੰਤ ਕੋਰ ਕੈਨੇਡਾ ਸ਼ਿਫਟ ਕਰ ਗਏ ਸੀਗੇ। ਜੀ ਕੁਲਦੀਪਪੁਰਸ ਇੱਥੇ ਦਸਰਾ ਚੰਡੀਗੜਾ ਆ ਗਿਆ ਸੀ ਪੰਛੀ ਦਿੱਲੀ ਜਾ ਕੇ ਬਹਿ ਗਏ ਸੀ ਉਹਦੇ ਚ ਕੱਲਾ ਗਾਇਕੀ ਦੀ ਨਹੀਂ ਗੱਲ ਹੈ ਟੋਟਲ ਸਮਾਜਿਕ ਹਰ ਵਿੱਚ ਰਾਜਨੀਤੀ ਵਿੱਚ ਵੀ ਤੇ ਸਾਰੇ ਕਾ ਮੈਂ ਦੇਖੋ ਨਾ ਜਿਹੜੇ ਆ ਵੀ ਵਿਆਹ ਦੇ ਵਿੱਚ ਹੋ ਗਿਆ ਸੀ 12 ਬੰਦਿਆਂ ਤੋਂ ਵੱਧ ਬਰਾਤੀ ਨਹੀਂ ਜਾਣਗੇ ਤੇ ਹੋਰ ਕਿੰਨਾ ਕੁਸ਼ ਸੀਗਾ ਜਿਹੜੀਆਂ ਤਬਦੀਲੀਆਂ ਆਈਆਂ ਜਾਂ ਲਾਗੂ ਹੋਏ ਤੇ ਉਦੋਂ ਇੱਕ ਤਰ੍ਹਾਂ ਨਾਲ ਮੈਰਿਜ ਪਹਿਲੇ ਸੀ ਵਹਿਲੇ ਸੀਗੇ ਕਲਾਕਾਰ ਵੀ ਵਿਲੇਜੇ ਹੋਗੇ ਸੀਗੇ ਜੀ ਤੇ ਡੈਥ ਜਿਹੜਾ ਹੈਗਾ ਹੈ ਨਾ ਉਹਦੇ ਬਾਰੇ ਆਪਾਂ ਗੱਲ ਕਰ ਲਈਏ ਕਿਉਂਕਿ ਕਹਿੰਦੇ ਕਿ ਇਹਨਾਂ ਨੂੰ ਗੋਲੀਆਂ ਮਾਰ ਕੇ ਹੈ ਨਾ ਮਾਰ ਦਿੱਤਾ ਗਿਆ ਸੀਗਾ ਸ਼ਰੀਆਮ ਸੋ ਉਸ ਗੱਲ ਬਾਰੇ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਕੁਝ ਉਹ ਸਾਨੂੰ ਇਹ ਮੈਂ ਦੱਸਣਾ ਚਾਹੁੰਨਾ ਪਰ ਮੈਨੂੰ ਵੀ ਪਤਾ ਨਹੀਂ ਹੈ ਮੈਨੂੰ ਉਹਨਾਂ ਕਿ ਜਿਸ ਤਰ੍ਹਾਂ ਦਾ ਜਿੰਨਾ ਕਿ ਲੋਕ ਜਾਣਦੇ ਆ ਵੀ ਮੈਸੰਪੁਰ ਵਾਲੇ ਪਿੰਡ ਉੱਥੇ ਕਿਤੇ ਪ੍ਰੋਗਰਾਮ ਸੀਗਾ ਤੇ ਉਹ ਜਿਹੜਾ ਇਹਦਾ ਕਮੇਡੀਅਨ ਸੀ ਇਹਦਾ ਸਟੇਜ ਸੈਕਟਰੀ ਸ਼ਰਨਜੀਤ ਮਣਕੂ ਕਾਮੇਡੀ ਕਲਾਕਾਰ ਸੀਗਾ ਉਹਨੇ ਮਨਕੂ ਨੇ ਦੱਸਿਆ ਸੀਗਾ ਉਹ ਉਸ ਮਾਈਕ ਦੇ ਉੱਤੇ ਖੜਾ ਸੀਗਾ ਇਹ ਕਹਿੰਦਾ ਉੱਤਰ ਕੇ ਕਾਰ ਚੋਂ ਕਾਰ ਨੇੜੇ ਨੂੰ ਆ ਰਹੀ ਸੀਗੀ ਸਟੇਜ ਵੱਲ ਨੂੰ ਤੇ ਮਨਕੂ ਤੇ ਅਨਾਉਂਸ ਕਰ ਰਿਹਾ ਸੀ ਵੀ ਚੰਦ ਮਿੰਟਾਂ ਦੇ ਵਿੱਚ ਜੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਇਸ ਤਰ੍ਹਾਂ ਤੇ ਇਹਨੇ ਜਦੋਂ ਕਾਰ ਨੇੜੇ ਆਈ ਆ ਤੇ ਹਮਲਾ ਹੋ ਗਿਆ ਇਹ ਉੱਥੇ ਸਾਰੇ ਮਾਰੇ ਗਏ ਤੇ ਮਨਕੂ ਕਹਿੰਦਾ ਵੀ ਮੈਨੂੰ ਵੀ ਕੁਝ ਨਹੀਂ ਪਤਾ ਲੱਗਿਆ ਮੈਂ ਭੱਜ ਕੇ ਜਾ ਕੇ ਜਿਹੜਾ ਉਹ ਘਰ ਚ ਸਮਾਗਮ ਸੀਗਾ ਉਹ ਰਜਾਈਆਂ ਦੇ ਵਿੱਚ ਮੈਂ ਜਾ ਕੇ ਲੁਕ ਗਿਆ ਤੇ ਕਾਫੀ دیر ਮੈਨੂੰ ਕਹਿ ਰਿਹਾ ਉਦੋਂ ਬਾਅਦ ਉਹ ਘਰ ਦੀ ਕਮਾਈ ਨੇ ਬੁੜੀ ਨੇ ਕਿਹਾ ਵੀ ਭਾਈ ਪਾਣਾ ਦਾ ਵਰਤ ਗਿਆ ਆ ਜਾ ਕਾਕਾ ਬਾਹਰ ਆ ਜਾ ਉਹਦੇ ਬਾਜ ਦੇਣ ਦੇ ਉੱਤੇ ਕਹਿੰਦਾ ਫਿਰ ਮੈਂ ਉੱਥੋਂ ਨਿਕਲ ਕੇ ਫਿਰ ਮੈਂ ਲੋਕ ਦਾ ਸ਼ਬਦ ਲੁਧਿਆਣੇ ਆਇਆ ਸੀ ਇਸ ਤਰ੍ਹਾਂ ਸੁਣਿਆ ਲੇਕਿਨ ਉੱਥੇ ਘਟਨਾ ਨੂੰ ਅੱਖੀਂ ਦੇਖਣ ਵਾਲੇ ਜਾਂ ਜਿਹੜੇ ਨੇੜੇ ਤੇੜੇ ਸੀਗੇ ਉਹਨਾਂ ਨੇ YouTube ਦੇ ਉੱਤੇ ਚਾਰ ਪੰਜ ਜਣਿਆਂ ਨੇ ਜਿਹੜੀਆਂ ਪਾਈਆਂ ਹੋਈਆਂ ਵੀਡੀਓਜ਼ ਡਿਟੇਲ ਚ ਕੀ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਉਹ ਤੁਸੀਂ ਦੇਖਿਓ ਉਹੀ ਮੈਂ ਦੇਖਿਆ ਹੋਈਆਂ ਜੀ ਉਹ ਸਸਪੈਂਸ ਅਜ ਤੱਕ ਬਣਿਆ ਹੋਇਆ ਹੈ ਬੇਸਿਕਲੀ ਸਿੱਧੇ ਤੌਰ ਤੇ ਮੈਨੂੰ ਵੀ ਨਹੀਂ ਕੁਝ ਪਤਾ ਜੀ ਉਹ ਸਸਪੈਂਸ ਅਜ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਇਦਾਂ ਦੀ ਘਟਨਾਵਾਂ ਹੁੰਦਾ ਜਿਵੇਂ ਹੀ ਹੁੰਦਾ ਜੀ ਤੇ ਸੰਧੂ ਸਾਹਿਬ ਜਿਵੇਂ ਹੁਣ ਚਮਕੀਲਾ ਜੀ ਦੇ ਰੇਟ ਦੀ ਗੱਲ ਕਰ ਲਈ ਉਸ ਟਾਈਮ ਦੇ ਦੌਰਾਨ ਕਿਉਂਕਿ ਤੁਸੀਂ ਅੱਖੀ ਉਹਨਾਂ ਦੇ ਅਖਾੜੇ ਵੀ ਦੇਖੇ ਆ ਤੇ ਜਾਂ ਸ਼ੋਅ ਬੁੱਕ ਜਿਹੜੇ ਹੁੰਦੇ ਸੀਗੇ ਉਹ ਕਿੰਨੇ ਕੁ ਤੱਕ ਹੁੰਦੇ ਸੀਗੇ ਆਰਟਿਸਟਾਂ ਦੇ ਕਿਵੇਂ ਹੁੰਦੇ ਸੀਗੇ ਉਦੋਂ ਤਾਂ ਸੈਂਕੜਿਆਂ 'ਚ ਸੀ ਸੈਂਕੜਿਆਂ ਤੋਂ ਮਸਾਂ ਹੀ ਹਜ਼ਾਰਾਂ 'ਕ ਤੱਕ ਪਹੁੰਚੇ ਸੀ ਜੀ ਮਤਲਬ ਜਿਹੜਾ ਲੱਖ ਆ ਇਹ ਤਾਂ ਸ਼ਬਦ ਹੀ ਹੈ ਨਹੀਂ ਸੀ ਜੀ ਇਹ ਤਾਂ ਬਹੁਤ ਦੂਰ ਦੀ ਗੱਲ ਸੀਗੀ ਭਾਵੇਂ ਸਦੀਕ ਹੁਣੀ ਸੀ ਮਾਨਕ ਸੀ ਚਮਕੀਲੇ ਹੁਣੀ ਸੀਗੇ ਇਹ ਸਾਰੇ ਹੀ ਆਏ ਮਤਲਬ 5 700 ਤੋਂ ਲੈ ਕੇ 1000 1.500 2000 ਬਸ 500 ਤੋਂ ਲੈ ਕੇ ਮੇਰਾ ਖਿਆਲ 5000 ਦੀ ਰੇਂਜ ਦੇ ਵਿੱਚ ਜੀ ਅ ਚੱਲਦੇ ਹੁੰਦੇ ਸੀ ਜੀ ਤੇ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਸੁਰਿੰਦਰ ਚਿੰਦਾ ਜੀ ਦੇ ਆਫਿਸ ਦੇ ਵਿੱਚ ਵੀ ਇੱਕ ਵਾਰ ਹੈ ਨਾ ਮਿਲੇ ਸੀਗੇ ਇਹਨਾਂ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬੈਠਣ ਦਾ ਮੌਕਾ ਮਿਲਿਆ ਤੇ ਉਸ ਟਾਈਮ ਦੇ ਦੌਰਾਨ ਦੀ ਕੋਈ ਮਤਲਬ ਕਿ ਯਾਦ ਹੈਗੀ ਐਸੀ ਕਿ ਜਦੋਂ ਜ਼ੁਰੇਂਦਰ ਚੰਦਾ ਜੀ ਦੇ ਆਫਿਸ ਦੇ ਵਿੱਚ ਇਹ ਹਲੇ ਸਟ੍ਰਗਲਰ ਸੀਗੇ ਸੰਘਰਸ਼ ਕਰ ਰਹੇ ਸੀਗੇ ਉਹਨਾਂ ਦੇ ਨਾਲ ਜਾਂਦੇ ਸੀਗੇ ਸਟੇਜਾਂ ਦੇ ਉੱਤੇ ਨਹੀਂ ਉਹ ਰੁਟੀਨ ਦੇ ਵਿੱਚ ਕਿਉਂਕਿ ਇਹ ਮਤਲਬ ਛੰਦਾ ਦਾ ਬਕਾਇਦਾ ਫੁੱਲਫਲਾਈਡ ਸੀਗਾ ਇਹ ਹੈ ਜੇ ਉਹਨੂੰ ਅਪ ਦਾ ਅਸਿਸਟੈਂਟ ਹੀ ਸਮਝਦਾ ਸੀ ਜਾਂ ਅਪ ਦਾ ਉਸਤਾਦ ਸਮਝਦਾ ਸੀਗਾ ਤੇ ਉਸ ਕਰਕੇ ਇਹ ਤਾਂ ਚੁੱਪਚਾਪ ਜਿਹਾ ਰਹਿੰਦਾ ਸੀ ਉੱਥੇ ਉਦੋਂ ਕੋਈ ਗੱਲਬਾਤਾਂ ਨਹੀਂ ਸੀ ਕਰਦਾ ਗੱਲਬਾਤਾਂ ਤਾਂ ਉੱਥੇ ਹੀ ਹੁੰਦੀਆਂ ਰਹੀਆਂ ਜਿਹੜਾ ਆਪਣਾ ਜਿਹੜਾ ਮਾਡਲ ਡਾਊਨ ਸਾਨੂੰ ਖੋਕੇ ਤੇ ਮਿਲਦਾ ਰਿਹਾ ਉਦੋਂ ਮੈਨੂੰ ਕਹਿੰਦਾ ਹੁੰਦਾ ਸੀ ਸਾਡਾ ਵੀ ਪਤਾ ਨਹੀਂ ਸੂਤ ਲੱਗੂ ਕਦੋਂ ਲੱਗੂਗਾ ਕਿਵੇਂ ਹੈ ਆਏ ਹੈ ਆਫ ਹੋ ਜਾਓ ਐਦਾਂ ਦੀਆਂ ਗੱਲਾਂ ਜਿਵੇਂ ਸਾਰੇ ਸਟਰਗਲ ਵਾਲੇ ਬੰਦੇ ਕਰਦੇ ਆ ਜੀ ਇਸੇ ਤਰ੍ਹਾਂ ਕਰਦਾ ਸੀ ਓਵਰ ਆਲ ਵੈਸੇ ਬੀਬਾ ਬੰਦਾ ਸੀ ਮਤਲਬ ਚਲੋ ਬਹੁਤ ਚੰਗੀਆਂ ਜਿਹੜੀਆਂ ਅੱਜ ਐਪੀਸੋਡ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਸੰਤੂ ਸਾਹਿਬ ਤੇ ਹੁਣ ਮੈਂ ਕਹਿੰਨਾ ਕਿ ਗੱਲਬਾਤ ਤੁਹਾਡੇ ਬਾਰੇ ਕਰਦੇ ਆ ਬੇਸਿਕਲੀ ਅਜੇ ਇੱਕ ਦਸਰੀ ਰਹਿ ਗਈ ਯਾਰ ਜੀ ਜਿਮ ਕਿਲੇ ਦੇ ਉੱਤੇ ਕੋਈ ਡਾਕੂਮੈਂਟਰੀ ਵਾਂਗਰੀ ਸੀ ਜਾਂ ਫੀਚਰ ਫਿਲਮ ਸੀ ਬੰਬੇ ਦੀ ਸੀਗੀ ਇੱਕ ਟੀਮ ਆਈ ਹੋਈ ਉਹ ਇੱਥੇ ਆਪਣਾ ਚੰਡੀਗੜ੍ਹ ਸਰਨਬੀਮ ਹੋਟਲ 'ਚ ਠਹਿਰੇ ਸੀਗੇ ਉਹ ਫਿਰ ਸਾਡੇ ਸਾਰਿਆਂ ਦੇ ਬਾਈਟਾਂ ਲੈਂਦੇ ਸੀ ਜਿਵੇਂ ਜਸੋਵਾਲ ਦੀ ਬਾਈਟ ਲੈ ਕੇ ਆਏ ਆ ਫਲਾਣੇ ਨੇ ਦੱਸਿਆ ਇਹਦੀ ਇਹਦੀ ਜਿਹੜੇ ਜਿੰਨਾਂ ਦਾ ਕੁਝ ਹੈ ਤੇ ਉਹ ਮੇਰੇ ਵੀ ਉਹਨਾਂ ਨੇ 7-8 ਮਿੰਟ ਦੀ ਬਾਈਟ ਲਈ ਸੀ ਤੋ ਕਹਿੰਦੇ ਸੀ ਅਸੀਂ ਇਹ ਫਿਰ ਡਾਕੂਮੈਂਟਰੀ ਫਿਲਮ ਬਣਾ ਰਹੇ ਆ ਤੇ ਕਿਹਾ ਤੇ ਉਹਦੇ ਵਿੱਚ ਮਿਆਰ ਘਟਨਾ ਦਾ ਕਿਹਾ ਸੀ ਵੀ ਮੈਨੂੰ ਮੁੱਖਬੰਦ ਮੇਰੇ ਕੋਲ ਲੈ ਕੇ ਆਇਆ ਸੀ ਸਾਰਾ ਤੇ ਉਹਨਾਂ ਲਈ ਹੈਰਾਨੀ ਵਾਲੀ ਉਹਨਾਂ ਨੂੰ ਇਹ ਸੀ ਵੀ ਅੱਛਾ ਸਾਰੋਂ ਨਹੀਂ ਸੀ ਖਿਆਲ ਕਿ ਵੀ ਤੂੰ ਚਮਕੀਲੇ ਨੂੰ ਵੀ ਮਿਲਿਆ ਹੋਵੇਗਾ ਤੇ ਕਿਸੇ ਜ਼ਹਿਨ ਚ ਨਹੀਂ ਨਾ ਹੁੰਦੀ ਇਹ ਗੱਲ ਕਿ ਵੀ ਤਰ ਚਮਕੀਲੇ ਨਾ ਵਾ ਵਾਸਤਾ ਰਿਆ ਉੱਪਰ ਮੈਨੂੰ ਪਤਾ ਨਹੀਂ ਲੱਗਿਆ ਮੁੜ ਕੇ ਉਹ ਡਾਕੂਮੈਂਟਰੀ ਫਿਲਮ ਬਣੀ ਜਾਂ ਨਹੀਂ ਬਣੀ ਜਾਂ ਕੀ ਬਣੀ ਆਮ ਤੌਰ ਤੇ ਕਿਉਂਕਿ ਆਪਾਂ ਇੰਡਸਟਰੀ ਦੇ ਵਿੱਚ ਰਹਿੰਦੇ ਆ ਹਨਾ ਤੁਸੀਂ ਤਾਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਮਤਲਬ ਕਿ ਇੰਨੇ ਸਟਾਰਸ ਨੂੰ ਤੁਸੀਂ ਬਣਦੇ ਵੀ ਦੇਖਿਆ ਤੇ ਉਸ ਤੋਂ ਬਾਅਦ ਫਿਰ ਡਾਊਨ ਆਉਂਦੇ ਹੋਏ ਦੇਖਿਆ ਹੈ ਨਾ ਸਾਰਾ ਕੁਝ ਦੇਖਿਆ ਉਹਨਾਂ ਦਾ ਇੱਕ ਹਾਈਪ ਵਾਲਾ ਟਾਈਮ ਵੀ ਦੇਖਿਆ ਡਾਊਨਫਾਲ ਵੀ ਉਹਨਾਂ ਦਾ ਚੰਗੀ ਤਰ੍ਹਾਂ ਦੇਖਿਆ ਬਟ ਲੋਕ ਜਿਹੜੇ ਹੁਣ ਤੱਕ ਗੀਤਕਾਰ ਵਜੋਂ ਜਾਣਦੇ ਸੀਗੇ ਨਾ ਪੇਸ਼ਕਾਰ ਵਜੋਂ ਜਾਣਦੇ ਸੀਗੇ ਉਹਨਾਂ ਨੂੰ ਹੁਣ ਇਹ ਬਾਪੂ ਦੇ ਕਿਸੇ ਐਪੀਸੋਡ ਦੇ ਥਰੂ ਪਤਾ ਲੱਗਾ ਕਿ ਇੰਨੀਆਂ ਜਾਣਕਾਰੀਆਂ ਜਾਂ ਇੰਨੇ ਕਲਾਕਾਰਾਂ ਨਾਲ ਵਿਚਰਿਓ ਇੰਨੇ ਅਦਾਕਾਰਾਂ ਨਾਲ ਵਿਚਰਿਓ ਹੈ ਨਾ ਇਹਨਾਂ ਪ੍ਰੋਡਿਊਸਰਸ ਡਾਇਰੈਕਟਰਸ ਨਾਲ ਇਨੀ ਸਾਂਝੀ ਸੀ ਤੁਹਾਡੀ ਹੈਨਾ ਸੋ ਇਹ ਗੱਲਾਂ ਲੋਕਾਂ ਨੂੰ ਹੁਣ ਸੁਣ ਕੇ ਵਧੀਆ ਲੱਗਦਾ ਸੋ ਮੈਂ ਇੱਕ ਗੱਲ ਲਾਸਟ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਸੰਤੂ ਸਾਹਿਬ ਕਿ ਹੁਣ ਅਖੀਰ ਦੇ ਵਿੱਚ ਤੁਹਾਡੇ ਬਾਰੇ ਗੱਲ ਕਰਦੇ ਆ ਕਿ ਨਵਾਂ ਹੁਣ ਕੀ ਸੁਣਾਓਗੇ ਸਾਨੂੰ ਕਿਉਂਕਿ ਹੰਸਰਾਜ ਹੰਸ ਜੀ ਵਾਲੇ ਐਪੀਸੋਡ ਦੇ ਵਿੱਚ ਤੁਸੀਂ ਮਾਂ ਮੈਂ ਮੁੰਡੀ ਪੇਕੇ ਆਉਣਾ ਗੀ ਸੁਣਾਇਆ ਸੀ ਆਪਣਾ ਹੈਨਾ ਤੇ ਮੈਂ ਉਦੋਂ ਕਿਹਾ ਸੀਗਾ ਕੁਝ ਨਵਾਂ ਗੱਲਾਂ ਜਿਹੜੀਆਂ ਤੁਸੀਂ ਲਿਖੀਆਂ ਜਾਂ ਗੀਤ ਕੋਈ ਨਵਾਂ ਲਿਖਿਆ ਕੋਈ ਕਵਿਤਾ ਲਿਖੀ ਹੈ ਕੁਝ ਜੋ ਸਾਂਝਾ ਕਰਨਾ ਚਾਹੁੰਦੇ ਹੋ ਇੱਕ ਤਾਂ ਉਹ ਗੀਤ ਵੀ ਮੈਨੂੰ ਵਾਵਾ ਚੰਗਾ ਮੇਰੀ ਜੀਬ ਤੇ ਚੜਿਆ ਹੋਇਆ ਜਿਹੜਾ ਸੀਗਾ ਮੈਂ ਕੱਲ ਤੱਕ ਨਹੀਂ ਰਹਿਣਾ ਟੜਕੇ ਘੜੇ ਦਾ ਪਾਣੀ ਜੀ ਤੇ ਇੱਕ ਤਾਂ ਹੋਰ ਗੀਤ ਮੇਰੇ ਜੀ ਕਰਦਾ ਸੀ ਫਿਰ ਉਹ ਗਾਇਆ ਤਾਂ ਨਹੀਂ ਜਾ ਸਕੂਗਾ ਗੁਣ ਗਾਇਆ ਜਾ ਸਕਦਾ ਜੀ 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 ਤੇ ਆ ਪਹਿਲਾਂ ਆਪਾਂ ਕਰ ਲੈਨੇ ਆ ਅ ਟੜਕੇ ਘੜੇ ਦਾ ਪਾਣੀ ਜੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੇਰੇ ਸੱਜਣਾ ਤੂੰ ਕਹਿ ਲਾ ਜੋ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਹੋ ਨਾ ਨਰਾਜ ਵੇ ਤੂੰ ਹੋ ਨਾ ਨਰਾਸ਼ ਵੇ ਢੋਲੀ ਵਿੱਚ ਮੈਂ ਨਹੀਂ ਜਾਣਾ ਜਾਊ ਮੇਰੀ Laash ਵੇ ਕੱਲ ਮੁੱਕ ਜਾਣੀ ਪ੍ਰੇਮ ਕਹਾਣੀ ਕੱਲ ਮੁੱਕ ਜਾਣੀ ਪ੍ਰੇਮ ਕਹਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਨੇਰਿਆਂ ਦਾ ਮੋੜ ਤੋਂ ਸਵੇਰ ਨਾਲ ਵੈਰ ਵੇ ਬੱਦਲਾਂ ਨੇ ਕੇਰੀ ਸੰਧੂ ਸਿਖਰ ਦੁਪਹਿਰ ਵੇ ਨੇਰਿਆਂ ਦਾ ਮੋੜ ਤੋਂ ਸਵੇਰ ਨਾਲ ਵੈਰ ਵੇ ਬੱਦਲਾਂ ਨੇ ਕੇਰੀ ਸਾਡੀ ਸਿਖਰ ਦੁਪਹਿਰ ਵੇ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਕੀ ਬਾਤ ਹੈ ਸੰਤ ਜੀ ਸਾਹਿਬ ਮਜ਼ਾ ਆ ਗਿਆ ਤੇ ਖੂਬਸੂਰਤੀ ਇਹ ਹੈ ਕਿ ਗੀਤ ਜਿਹੜਾ ਹੈਗਾ ਬਿਲਕੁਲ ਐਪੀਸੋਡ ਦੇ ਨਾਲ ਵੀ ਢੁਕਦਾ ਤੇ ਵੈਸੇ ਵੀ ਅਮਰ ਗੀਤ ਹੈਗਾ ਇਹ ਹਣੇ ਤੇ ਇਸ ਗੀਤ ਬਾਰੇ ਤੇ ਆਪਾਂ ਹਲੇ ਤੱਕ ਨਾ ਹੁਣ ਤੱਕ ਬਹੁਤ ਸਾਰੇ ਐਪੀਸੋਡਸ ਕਰ ਲਏ ਪਰ ਫੁੱਲ ਫਲੈਜ ਐਪੀਸੋਡ ਆਪਾਂ surjit pindrikhe ji ਦੇ ਬਾਰੇ ਨਹੀਂ ਕੀਤਾ ਸੋ ਆਪਾਂ ਬਹੁਤ ਜਲਦੀ ਉਹ ਐਪੀਸੋਡ ਵੀ ਕਰਾਂਗੇ ਉਹਨਾਂ ਬਾਰੇ ਫੁੱਲ ਫਲੈਜ ਐਪੀਸੋਡਸ ਤੁਹਾਡੀਆਂ ਉਹਨਾਂ ਨਾਲ ਸਾਂਝਾਂ ਉਹਨਾਂ ਦੀ ਤੁਹਾਡੇ ਨਾਲ ਸਾਂਝਾਂ ਸਾਰਾ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿਹੜੀਆਂ ਅਜੇ ਕਰਨੀ ਹੋਈਆਂ ਜਰ ਰਹਿ ਗਈਆਂ ਜੀ ਕਿਉਂਕਿ ਆਪਾਂ ਛੋਟੇ ਛੋਟੇ ਕਿੱਸੇ ਤਾਂ ਬਹੁਤ ਸਾਰੇ ਸੁਣਾਏ ਆ ਪਰ ਉਹਨਾਂ ਵਾਰੇ ਫੁੱਲ ਫਲੈਜ ਗੱਲਾਂ ਬਾਤਾਂ ਅਜੇ ਤੱਕ ਨਹੀਂ ਕੀਤੀਆਂ ਮੈਂ ਕਹਿਣਾ ਕਿ ਆਪਾਂ ਉਹ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਜਿਹੜੀਆਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਸੋ ਬਹੁਤ ਚੰਗਾ ਲੱਗਿਆ ਸੰਤੂ ਸਾਹਿਬ ਅੱਜ ਐਪੀਸੋਡ ਜਿਹੜਾ ਹੋਇਆ ਬਹੁਤ ਵਧੀਆ ਲੱਗਿਆ ਦਿਲ ਨੂੰ ਬੜਾ ਸਕੂਨ ਮਿਲਿਆ ਐਪੀਸੋਡ ਦੇ ਵਿੱਚ ਇਹ ਗੱਲਾਂ ਕਰਕੇ ਔਰ ਸੁਣ ਕੇ ਵੀ ਸੋ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਲਈ ਆ ਗਿਆ ਹਾਂਜੀ ਹਾਂਜੀ ਸੋ ਥੈਂਕ ਯੂ ਸੋ ਮੱਚ ਜੀ ਸੋ ਕਿਵੇਂ ਦਾ ਲੱਗਿਆ ਇਹ ਐਪੀਸੋਡ ਵੀਡੀਓ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸੱਤ ਰੰਗ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਬਾਪੂ ਦੇ ਕਿਸੇ ਸੱਤ ਰੰਗ ਪੋਡਕਾਸਟ ਸੀਰੀਜ਼ ਦੇ ਅਗਲੇ ਐਪੀਸੋਡ ਦੇ ਵਿੱਚ ਦਿਓ ਆ ਗਿਆ ਧੰਨਵਾਦ